अवागरीनम वस्ति। Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Ramji Astrologer, everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com. Hello. All right, we are going live. Hello, salam, namaste, and sat sri akal, guys. Main ha thadi host te dost Mani Gill aur mere naal ne. Sat sri akal, namaskar, assalam alaikum. Main ha Kuldeep Gill te tusi dekh rahe ho My TV Radio aur sade show da naam hai Rang De. Bilkul ji, aur jis tarah ke tusi dekh sakde ho sade naal already shamil ne. Sat sri akal pa ji, ki haal chaal ne? Babar Ali ji sade naal ne, main lagda hai disconnect hoya call. सो बाबर जी ने असीं दोबारा लाइन ते पाने आ, लेकिन जिहड़ी साडी माई टीवी दी ऑडियंस है उन्हां नूं असीं दस्सणा चाहांगे कि ओह विचार करने कॉल। हां जी बाबर जी, जी आवाज ठीक आ रही है? हां जी, मैनूं ते आवाज परफेक्ट आ रही है। ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਬਿਲਕੁਲ ਆ ਗਈ, ਅਸੀਂ ਲਾਈਵ ਹੋ ਚੁੱਕੇ ਹਾਂ ਮੇਰੇ ਖਿਆਲ ਨਾਲ। ਹਾਂਜੀ ਬਿਲਕੁਲ ਜੀ, ਆਪਾਂ ਲਾਈਵ ਹੈਗੇ ਹਾਂ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਜਿਹੜੀ ਸਾਡੀ ਆਡੀਅੰਸ ਹੈ ਕਿ ਕਿਉਂਕਿ ਹਲੇ ਵੀ ਕਰੋਨਾ ਵਾਇਰਸ ਚੱਲ ਰਹੀ ਹੈ ਔਰ ਹਲੇ ਵੀ ਅਸੀਂ ਕੁਆਰੰਟਾਈਨ ਟਾਈਮ ਦੇ ਵਿੱਚ ਹੀ ਹਾਂ ਔਰ ਅਸੀਂ ਆਪਣੇ ਘਰਾਂ 'ਚੋਂ ਬੈਠ ਕੇ ਸਕਾਈਪ ਦੇ ਥਰੂ ਅਸੀਂ ਇੰਟਰਵਿਊ ਕਰ ਰਹੇ ਹਾਂ। ਸੋ ਇਹ ਨਾ ਸੋਚਣਾ ਕਿ ਜੀ ਅਸੀਂ ਆਲਰੇਡੀ ਯੂ ਨੋ ਰੈਗੂਲਰ ਲਾਈਫ ਸ਼ੁਰੂ ਕਰ ਦਿੱਤੀ। ਅਸੀਂ ਪੂਰੇ ਰੂਲਸ ਫਾਲੋ ਕਰ ਰਹੇ ਹਾਂ, ਸੋਸ਼ਲ ਡਿਸਟੈਂਸ ਅਸੀਂ ਪੂਰਾ ਰੱਖ ਰਹੇ ਹਾਂ। ਅਨਲੈਸ ਕਿ ਹਸਬੈਂਡ ਔਰ ਵਾਈਫ ਨੂੰ ਹਾਲੇ ਤੱਕ ਕਿਹਾ ਨਹੀਂ ਗਿਆ ਕਿ ਅਲੈਦਾ ਅਲੈਦਾ ਰਹੋ, ਲੇਕਿਨ ਹਾਲੇ ਤੱਕ ਅਸੀਂ ਕਿਸੇ ਬਾਹਰਲੇ ਬੰਦੇ ਨੂੰ ਹਾਲੇ ਤੱਕ ਅਸੀਂ ਮੁਲਾਕਾਤ ਨਹੀਂ ਕੀਤੀ। ਆਪਾਂ ਜ਼ਿਆਦਾ ਟਾਈਮ ਨਹੀਂ ਲਵਾਂਗੇ। ਅਸੀਂ ਬਹੁਤ ਵੱਡੇ ਕਰਾਨੇ ਦੇ ਬਹੁਤ ਵੱਡੇ ਫਨਕਾਰ ਸਾਡੇ ਲੋਕਲ ਲੋਕਲ ਇਸ ਕਰਕੇ ਕਿਉਂਕਿ ਸਾਡੇ ਵਾਕਿੰਗ ਡਿਸਟੈਂਸ ਤੇ ਹੈਗੇ ਨੇ ਗੱਡੀ ਦੇ ਹਿਸਾਬ ਨਾਲ। ਬਾਬਾ ਰਲੀ ਮਹਿੰਦੀ ਜੀ, ਤੁਹਾਡਾ ਮਾਈ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਮੈਂ ਆਪਣੇ ਸਾਰੇ ਵਿਊਰ ਜਿਹੜੇ ਮਾਈ ਟੀਵੀ ਦੇ ਵਿਊਰ ਨੇ ਉਹਨਾਂ ਨੂੰ ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਔਰ ਨਮਸਕਾਰ ਕਹਿਣਾ ਔਰ ਇਟਸ ਮਾਈ ਆਲ ਪਲੇਜ਼ਰ ਕਿ ਮੋਨੀ ਜੀ ਔਰ ਕੁਲਦੀਪ ਨਾਲ ਇਸ ਨੇ ਬੈਠਾ ਹੋਇਆ ਔਰ ਗੁਫਤਗੂ ਹੋਏਗੀ ਔਰ ਵੀ ਵਿਲ ਹੈਵ ਅ ਫਨ ਇਨਸ਼ਾਅੱਲਾ। ਗੁਫਤਗੂ ਮੈਨੂੰ ਬਾਬਰ ਸਾਹਿਬ ਇੰਝ ਲੱਗਦਾ ਜਿਵੇਂ ਅਸੀਂ ਤਿੰਨੋਂ ਜਹਾਜ਼ ਉਡਾਉਣ ਲੱਗੇ ਹਾਂ ਸੁਰਾਂ ਦਾ, ਤੇ ਤੁਸੀਂ ਕੈਪਟਨ ਹੋ ਸਾਡੇ ਆ ਕੰਨਾਂ ਤੇ ਲੱਗੇ ਹੋਏ ਰਹੇ, ਤੇ ਅੱਜ ਤੁਸੀਂ ਸੁਰਾਂ ਦੇ ਜਹਾਜ਼ 'ਚ ਸਾਨੂੰ ਆਪਣੇ ਪੂਰੇ ਫੈਮਿਲੀ ਦੇ ਕਿਵੇਂ ਕਿਵੇਂ ਕੀ ਕੀ ਹੋਇਆ ਉਸ ਸਫ਼ਰ ਬਾਰੇ ਸਾਨੂੰ ਦੱਸੋਗੇ? ਕੁਲਦੀਪ ਜੀ, ਗੁੱਡ ਲੱਕ ਹੈ ਕਿ ਮੈਂ ਐਸੇ ਘਰ 'ਚ ਪੈਦਾ ਹੋਇਆ ਕਿ ਜਿੱਥੇ ਮੇਰੇ ਵਾਲਿਦ ਸਾਹਿਬ ਵੀ ਖੁਦ ਆਰਟਿਸਟ ਸਨ ਔਰ ਬੜੇ ਅੱਛੇ ਆਰਟਿਸਟ ਸਨ ਆਪਣੇ ਦੌਰ ਦੇ। ਜਿਸਲੇ ਹਾਈ ਟੈਕਨੋਲੋਜੀ ਨਹੀਂ ਸੀ, ਰੇਡੀਓ ਪਾਕਿਸਤਾਨ ਜਾਂ ਆਲ ਇੰਡੀਆ ਰੇਡੀਓ ਸੀ ਜਾਂ ਦਿੱਲੀ ਰੇਡੀਓ ਸਨ, ਤੇ ਉਸ ਦੌਰ ਦੇ ਵਿੱਚ। ਮਗਰ ਮੈਂ ਕਿ ਲੱਕੀ ਕਿ ਉੱਥੇ ਪਰਵੇਜ਼ ਮਹਿਦੀ ਜੈਸੀ ਸ਼ਖਸੀਅਤ ਪੈਦਾ ਹੋਈ, ਮੇਰੇ ਵੱਡੇ ਭਾਈ
ਤੇ ਫਿਰ ਉਹਨਾਂ ਦੀ ਸਰਪ੍ਰਸਤੀ ਵਿੱਚ ਬਹੁਤ ਬਹੁਤ ਅੱਛੇ ਲੋਕਾਂ ਨੂੰ ਸੁਣਨ ਦਾ ਮੌਕਾ ਮਿਲਿਆ ਔਰ ਪਰਵੇਜ਼ ਮਹਿਦੀ ਸਾਹਿਬ ਨੂੰ ਵੀ ਸੁਣਨ ਦਾ ਮੌਕਾ ਮਿਲਿਆ ਢੇਰ ਸਾਰਾ ਪੂਰੇ ਉਹ ਮੇਰੇ ਤੋਂ ਵੱਡੇ ਸਨ ਅਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਸੁਣਿਆ ਔਰ ਖੂਬ ਲੁਤਫ ਆਇਆ ਮੇਰਾ ਮਤਲਬ ਅਲਹਮਦੁਲਿਲਾ ਉਹਨਾਂ ਦੇ ਨਾਲ ਪੂਰੀ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਜਿਹੜੀ ਜ਼ਿੰਦਗੀ ਬਸਰ ਕੀਤੀ ਤੇ ਤੁਹਾਡੇ ਫਾਦਰ ਸਾਹਿਬ ਦਾ ਨਾਂ ਕੀ ਸੀਗਾ ਪੂਰਾ ਮੇਰੇ ਵਾਲਦ ਸਾਹਿਬ ਦਾ ਨਾਮ ਬਸ਼ੀਰ ਹੁਸੈਨ ਰਾਹੀ ਔਰ ਬੜੇ ਰਿਨੋਡ ਆਰਟਿਸਟ ਨਾਮ ਉਹ ਉਹਨਾਂ ਦੀ ਕੈਲੀਬਰ ਦੇ ਉਸ ਟਾਈਪ ਦੇ ਲੋਕ ਸਨ ਜਿਨ੍ਹਾਂ ਵਿੱਚੋਂ ਅਸੀਂ ਸਾਰੀ ਜ਼ਿੰਦਗੀ ਉਹਨਾਂ ਨੂੰ ਤਾਇਆ ਜੀ ਕਹਿੰਦੇ ਸਾਂ ਤਾਇਆ ਜੀ ਤੋਂ ਫੈਲ ਲਿਆ ਸੀ ਰਿਕਾਰਡਿੰਗ ਹੋਈ ਉਹ ਬਾਅਦ ਚ ਹੋਈ ਕਿਉਂਕਿ ਰੀਅਲੀ ਬਹੁਤ ਜ਼ਿਆਦਾ ਉਹਨਾਂ ਦੀ ਸਰਵਿਸਿਸ ਨੇ ਪਾਕਿਸਤਾਨ ਟੀਵੀ ਵਾਸਤੇ ਚਲੀਆਂ ਜਿਹਦੇ ਵਿੱਚ ਬਸ਼ੀਰ ਹੁਸੈਨ ਰਾਹੀ ਤਫੈਲ ਨਿਆਜ਼ੀ ਸਾਹਿਬ ਔਰ ਬਹੁਤ ਅੱਛੇ ਉਸ ਕੈਲੀਬਰ ਦੇ ਲੋਕ ਸਨ ਕਾਫੀ ਮਤਲਬ ਉਹ ਮੇਰਾ ਬਚਪਨਾ ਸੀ ਮੈਂ ਤੇ ਅਗਰ ਇੰਸਪਾਇਰ ਵੀ ਹਾਂ ਤੇ ਅੱਬਾ ਜੀ ਦੇ ਗਾਣੇ ਤੋਂ ਜਾਂ ਨਿਆਜ਼ੀ ਸਾਹਿਬ ਦੇ ਜਾਂ ਫਿਰ ਪਰਵੇਜ਼ ਮਹਿਦੀ ਸਾਹਿਬ ਦੇ ਬਾਅਦ ਚ ਬਿਲਕੁਲ ਉਹ ਅਸੀਂ ਵੀ ਬੜੇ ਫੈਨ ਆ ਔਰ ਇੱਕ ਥੈਂਕ ਯੂ ਤੁਹਾਡਾ ਕਹਿਣਾ ਚਾਹਾਂਗੀ ਜਿਹੜਾ ਕਿ ਕਦੀ ਮੌਕਾ ਨਹੀਂ ਲੱਗਿਆ ਤੁਹਾਡੇ ਕਰਕੇ ਸਾਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਲਾਈਵ ਔਰ ਆਈ ਐਮ ਵੈਰੀ ਲੱਕੀ ਕਿ ਆਈ ਵਾਸ ਪ੍ਰੈਗਨੈਂਟ ਦੈਟ ਟਾਈਮ ਆਈ ਥਿੰਕ ਪੂਰਾ ਆਲਮੋਸਟ 9 ਮਹੀਨਾ ਹੀ ਚੱਲ ਰਿਹਾ ਸੀ ਅਤੇ ਮੈਨੂੰ ਲਾਈਵ ਉਹਨਾਂ ਨੂੰ ਬੈਠ ਕੇ ਸੁਣਨ ਦਾ ਮੌਕਾ ਮਿਲਿਆ ਸੀ ਸੋ ਥੈਂਕ ਯੂ ਤੁਹਾਡਾ ਮਾਸ਼ਾ ਅੱਲਾਹ ਤੁਸੀਂ ਖੁਦ ਵੀ ਬੜੀ ਠੀਕ ਠਾਕ ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਵਾਲਦ ਸਾਹਿਬ ਦਾ ਬੜਾ ਮੁਕਾਮ ਹੈ ਪਾਰਸ ਜੀ ਦਾ ਔਰ ਆਪਣੀ ਫੀਲਡ ਦੇ ਵਿੱਚ ਉਹ ਆਪਣੇ ਉਸ ਮੈਦਾਨ ਦੇ ਬਹੁਤ ਬੜੇ ਗਾਇਕ ਨੇ ਆਪਣੇ ਮਹਾਰਾਜ ਨੇ ਉਹ ਖਾਨ ਸਾਹਿਬ ਨੇ ਆਪਣੀ ਫੀਲਡ ਦੇ ਤੇ ਅਸੀਂ ਉਹਨਾਂ ਦੇ ਬੜੇ ਮੁਹਤਰਮ ਆ ਮੇਰੇ ਵੱਡੇ ਭਾਈਆਂ ਦੀ ਤਰ੍ਹਾਂ ਗੁਰੀ ਦੀ ਤਰ੍ਹਾਂ ਉਹਨਾਂ ਦੀ ਹੈਸੀਅਤ ਤੇ ਤੁਹਾਡੇ ਜਿਹੜੇ ਬ੍ਰਦਰ ਸੀਗੇ ਪਰਵੇਜ਼ ਸਾਹਿਬ ਉਹਨਾਂ ਦੇ ਪਹਿਲੇ ਉਸਤਾਦ ਕੌਣ ਸੀਗੇ ਉਹਨਾਂ ਦੇ ਇੱਕੋ ਉਸਤਾਦ ਸਨ ਪਹਿਲੇ ਉਸਤਾਦ ਤੇ ਵਾਲਦ ਸਾਹਿਬ ਹੀ ਹੁੰਦਾ ਹੈ ਜਿਸ ਤੋਂ ਤੁਸੀਂ ਸੁਣਦੇ ਹੋ ਘਰ ਦੇ ਵਿੱਚ ਤੇ ਉਹ ਫਿਰ ਇਹ ਕਿ ਜਿਸਲੇ ਪਰਵੇਜ਼ ਸਾਹਿਬ ਦਾ ਉਹਨਾਂ ਨੂੰ ਸਟਾਈਲ ਦਾ ਮਤਲਬ ਬੇਸਿਕਲੀ ਤਾਂ ਸਮਾਰਟਨੈਸ ਇਹ ਕਿ ਤੁਹਾਡੇ ਬੱਚੇ ਦਾ ਰੁਝਾਨ ਕਿਸ ਪਾਸੇ ਹੈ ਕਿਸ ਪਾਸੇ ਕਿਆ ਕਲਾਸੀਕਲ ਸਿੱਖਣਾ ਚਾਹੁੰਦਾ ਹੈ ਕਿਆ ਉਹ ਤਬਲਾ ਵਜਾਉਣਾ ਚਾਹੁੰਦਾ ਹੈ ਕਿਆ ਉਹ ਵੋਕਲਿਸਟ ਹੈ ਔਰ ਵੋਕਲਿਸਟ ਦੇ ਵਿੱਚ ਵੀ ਕਿਆ ਉਹ ਰੌਕ ਨੂੰ ਜਾਣਾ ਚਾਹੁੰਦਾ ਯਾਨੀ ਕਿ ਕੈਟੇਗਰੀਜ਼ ਨੇ ਉਹਨਾਂ ਨੇ ਉਹਨੂੰ ਮਹਿਸੂਸ ਕੀਤਾ ਕਿ ਉਹ ਕਲਾਸੀਕਲ ਚ ਵੀ ਇੰਟਰਸਟਡ ਨਹੀਂ ਉਹ ਇੱਕ ਖਾਸ ਗਜ਼ਲ ਦੀ ਇੱਕ ਲਾਅ ਦੇ ਵਿੱਚ ਬਿਲਕੁਲ ਲਾਈਟ ਦੇ ਵਿੱਚ ਤੇ ਔਰ ਬੜਾ ਮਸ਼ਹੂਰ ਵਾਕਿਆ ਜਿਹੜਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਬਿਆਨ ਕਰਨਾ ਚਾਹੁੰਦਾ ਕਿ ਉਸ ਵੇਲੇ ਜਸ਼ਨੇ ਬਹਾਰਾ ਹੁੰਦਾ ਸੀ ਲਾਹੌਰ ਵਿੱਚ ਜਸ਼ਨੇ ਬਹਾਰਾ ਲਾਹੌਰ ਪਾਕਿਸਤਾਨ ਰੇਡੀਓ ਵਿੱਚ ਉਹਦੇ ਵਿੱਚ ਸਾਰੇ ਸਟੇਸ਼ਨ ਦੇ ਆਰਟਿਸਟ ਆਉਂਦੇ ਆ ਕਰਾਚੀਓਂ ਰਾਵਲ ਪਿੰਡੀ ਤੋਂ ਬਹੁਤ ਬਹੁਤ ਅੱਛੇ ਬਿਕੋਜ਼ ਇਸ ਵਾਰ ਆਫਟਰ ਪਾਰਟੀਸ਼ਨ ਉਸ ਤੋਂ ਪਹਿਲੇ ਤੇ ਇੰਡੀਆ ਪਾਕਿਸਤਾਨ ਦੇ ਵੀ ਇਕੱਠੇ ਫਨਕਾਰ ਹੁੰਦੇ ਸਨ ਤੋ ਦੈਟ ਵਾਜ਼ ਅ ਲਾਈਵ ਪ੍ਰੋਗਰਾਮ ਤੇ ਉਹਦੇ ਵਿੱਚ ਜੋ ਕਲਾਸੀਕਲ ਦੇ ਜਿਹੜੇ ਆਰਟਿਸਟ ਕਰਾਚੀ ਤੋਂ ਆਏ ਉਹ ਮਹਿਦੀ ਹਸਨ ਸਾਹਿਬ ਸਨ ਤੇ ਉਹ ਕਲਾਸੀਕਲ ਗਾਉਣ ਵਾਸਤੇ ਆਏ ਸਨ ਤੋ ਕਲਾਸੀਕਲ ਗਾਉਣ ਦੇ ਬਾਅਦ ਉਹਨਾਂ ਨੇ ਗਜ਼ਲ ਗਾਈ ਤੇ ਪਰਵੇਜ਼ ਮਹਿਦੀ ਸਾਹਿਬ ਬਸ ਉਹਨਾਂ ਤੇ ਫਿਦਾ ਹੋ ਗਈ ਔਰ ਉਹਨਾਂ ਕਿਹਾ ਜੀ ਅਗਰ ਮੈਂ ਸ਼ਾਗਿਰਦ ਹੋਣਾ ਤੇ ਇਹਨਾਂ ਦਾ ਹੀ ਹੋਣਾ ਤੇ ਲੋ ਜੀ ਸ਼ਾਗਿਰਦ ਦਾ ਤਾਂ ਮੈਨੂੰ ਪਤਾ ਨਹੀਂ ਕਿ ਸਾਡੇ ਨਾਲ ਡੀਐਮਵੀ ਦੇ ਬਹੁਤ ਸਾਰੇ ਲੋਕ ਸਾਡੇ ਨਾਲ ਜੁੜ ਗਏ ਨੇ ਕਿ ਕੀ ਗਿਆ ਕੀ ਖਿਆਲ ਹੈ ਸਾਰਿਆਂ ਨੂੰ ਮਜ਼ਾ ਆ ਰਿਹਾ ਆਵਾਜ਼ ਸਾਡੀ ਪ੍ਰੋਪਰ ਆ ਰਹੀ ਹੈ ਅਤੇ ਜ਼ਰੂਰ ਥੰਬਸ ਅਪ ਦੇਣਾ ਆਈ ਨੋ ਬਹੁਤ ਸਾਰੇ ਜਿਹੜੇ ਸਾਡੇ ਫਰੈਂਡਸ ਨੇ ਕਮੈਂਟ ਵੀ ਲਿਖ ਰਹੇ ਨੇ ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿਣਾ ਚਾਹਾਂਗੀ ਕਿ ਬਚਪਨ ਤੋਂ ਹੀ ਅਸੀਂ ਇਹਨਾਂ ਦੇ ਮੈਂ ਮੇਰੇ ਪਾਪਾ ਨੂੰ ਥੈਂਕ ਯੂ ਕਹਿਣਾ ਚਾਹਾਂਗੀ ਕਿਉਂਕਿ ਸਾਨੂੰ ਮਿਊਜ਼ਿਕ ਵਾਲੇ ਪਾਸੇ ਜੋੜ ਕੇ ਮੇਰੇ ਫਾਦਰ ਸਾਹਿਬ ਨੇ ਰੱਖਿਆ ਔਰ ਬਹੁਤ ਲੱਕੀ ਹਾਂ ਕਿ ਹਰ ਫਨਕਾਰ ਨੂੰ ਮੋਸਟਲੀ ਮੈਂ ਮਿਲ ਚੁੱਕੀ ਹਾਂ ਭਾਵਾਂ ਉਹ ਨੁਸਰਤ ਫਤਿਹ ਅਲੀ ਹੋਣ ਗੁਲਾਮ ਅਲੀ ਖਾਨ ਸਾਹਿਬ ਹੋਣ ਔਰ ਤੁਹਾਡੇ ਵਾਲਦ ਸਾਹਿਬ ਤੇ ਹਮੇਸ਼ਾ ਮੇਜ਼ਬਾਨ ਰਹੇ ਨੇ ਸਾਰਿਆਂ ਬਿਲਕੁਲ ਖਤਰਦਾਰੀ ਕਰਦੇ ਹੁੰਦੇ ਸੀ ਸਾਰਿਆਂ ਦੀ ਬਹੁਤ ਸੇਵਾ ਕਰਦੇ ਸੀ ਉਸਤਾਦ ਤਾਰਿਕ ਖਾਨ ਸਾਹਿਬ ਤੇ ਇੱਦਾਂ ਹੀ ਨੇ ਜਿਵੇਂ ਸਾਡੇ ਚਾਚਾ ਹੁੰਦੇ ਨੇ ਤੇ ਮੈਂ ਪਰਵੇਜ਼ ਖਾਨ ਸਾਹਿਬ ਦੀ ਮਹਿੰਦੀ ਦੀ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਨਾ ਤੇ ਉਹ ਇੰਨਾ ਜ਼ਿਆਦਾ ਲਾਈਟ ਕਲਾਸੀਕਲ ਟਾਈਪ ਦਾ ਜ਼ਿਆਦਾ ਨਹੀਂ ਸੁਣਦਾ ਉਹ ਸਿਰਫ ਜਾਂ ਕਵਾਲੀਆਂ ਸੁਣਦਾ ਨਵਜੋਤ ਪਾਰਸ ਦਾ ਤੇ ਉਹ ਸਿਰਫ ਔਰ ਸਿਰਫ ਪਰਵੇਜ਼ ਮਹਿੰਦੀ ਖਾਨ ਸਾਹਿਬ ਨੂੰ ਹੀ ਸੁਣਦਾ ਸੀਗਾ ਤੇ ਮੈਨੂੰ ਉਹਦੀ ਟਾਈਮ ਮੈਂ ਜਿਹੜੀ ਐਡ ਬਣਾਈ ਇੱਕ ਛੋਟੀ ਜਿਹੀ ਮੈਂ ਵੀਡੀਓ ਐਡ ਵੀ ਬਣਾਈ ਨਹੀਂ ਤਾਂ ਮੈਂ ਬਣਾਉਂਦੀ ਨਹੀਂ ਹਾਂ
मैं रिक्वेस्ट करके बनवाई कि मेरे ब्रदर की जिहड़ी फेवरेट गज़ल है ਅਤੇ ਉਹਦੇ ਉੱਤੇ ਥੋੜ੍ਹਾ ਜਿਹਾ ਹੀ ਮੈਂ ਥੋੜ੍ਹਾ ਜਿਹਾ ਹੀ ਹਿੰਟ ਦਿੱਤਾ ਕਿਉਂਕਿ ਅਫਕੋਰਸ ਕਾਪੀਰਾਈਟ ਦਾ ਇਸ਼ੂ ਹੁੰਦਾ ਯੂਟਿਊਬ ਬੜਾ ਸਮਾਰਟ ਹੈ ਬਿਲਕੁਲ ਯੂਟਿਊਬ ਕਿਸੇ ਨੂੰ ਨਹੀਂ ਬਖਸ਼ਦਾ ਅਤੇ ਬਾਬਰ ਸਾਹਿਬ ਐਡੇ ਵੱਡੇ ਖਾਨ ਸਾਹਿਬ ਮਹਿੰਦੀ ਹਸਨ ਖਾਨ ਸਾਹਿਬ ਦਾ ਨਾਂ ਲਿਆ ਤੁਸੀਂ ਅਤੇ ਜਦੋਂ ਉਹਨਾਂ ਨੇ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਅਤੇ ਉਹਨਾਂ ਦੀ ਕੀ ਏਜ ਸੀਗੀ ਆਈ ਮੀਨ ਉਹ ਜੀ ਉਹਨਾਂ ਦੀ ਤਕਰੀਬਨ 15 ਟੂ 16 ਈਅਰਸ ਹੋਏ और उदे बाद मेरा ख्याल है कि मेरा परसनली मेरा बचपना क्योंकि असि दो ही भाई सा परवेज मेहती साहब और मैं साड़ी सिस्टर भी कोई नहीं वेरी स्मॉल फैमिली और फिर जिसले शागिर्दी च गए ने उसले तो मैं बिल्कुल ही छोटा सा मगर वह पोर्शन जड़ा ना वह मेरी बचपने की लोन ही लैसे परवेज साहब जाते छे छे महीने नहीं सामने जिस वेले मेहती साहब अगर पाकिस्तान च ने या लाहौर ने उन्होंने घर नहीं आना जिथे इश्क हुंदा फिर बस ओही जिंदगी उन्होंदी परफॉर्म करता था तो लोग तो कहते थे हमें तो जो साउंड और वो लुत्फ आता वो मेहदी हसन का आता है तो वो इसी नस्बत से मुझे वहीं पे परवेज मेहदी कहना शुरू कर दी तो मेहती साहब चूंकि बड़े खुले दिल दे बहुत बड़े लोग सन ते अगर परवेज साहब ने कहा खान साहब अगर तुहानू कोई ऑब्जेक्शन ना होए मैं अपने नाम दे ना तुहाडा नाम लाना चाहना ते उन्हां कहा के अपने बशीर भाई से आप बात कर ली आपने ये तो लास्ट नेम तो हमेशा बाप का होता है कहते हाँ जी मैंने उनसे कर ली वो कहते हैं एक पहला बाप मैं हूँ दूसरा वो है आपका तो साल भी तो बाप होता मुझे कोई इतराज नहीं तो फिर मेहदी साहब ने खुद जाके रेडियो पाकिस्तान में उनका नाम चेंज करवाया और उदे बाद फिर दोबारा परवेज मेहदी दे नाल तो चलता रहा पूरी जिंदगी उस जमाने दे विच आई रिमेंबर मेरे फादर साहब रेडियो दे उते सुनया करदे सी आई वाज वेरी वेरी लिटिल गर्ल कि जदों जेडी मैनू अपनी होश है ਅਤੇ ਮੇਰੇ ਪਾਪਾ ਰੇਡੀਓਸ ਦੇ ਵਿੱਚ ਹੀ ਸਾਰੇ ਗਜ਼ਲਾਂ ਸੁਣਿਆ ਕਰਦੇ ਸੀ ਜਿੰਨੇ ਵੀ ਆਰਟਿਸਟ ਹੁੰਦੇ ਸੀ ਔਰ ਉਸ ਵਕਤ ਰੇਡੀਓ ਦਾ ਮੁਕਾਮ ਬਹੁਤ ਵੱਡਾ ਸੀ ਆਲ ਇੰਡੀਆ ਰੇਡੀਓ ਦੂਰਦਰਸ਼ਨ ਔਰ ਲਾਹੌਰ ਇਹਨਾਂ ਦਾ ਬੜਾ ਕੰਟਰੀਬਿਊਸ਼ਨ ਹੈ ਇਹ ਸਾਡਾ ਲਿੰਕ ਸੀ ਆਫਟਰ ਪਾਰਟੀਸ਼ਨ ਇੰਡੀਆ ਪਾਕਿਸਤਾਨ ਦਾ ਕਿ ਲਤਾ ਮੰਗੇਸ਼ਕਰ ਔਰ ਜਿੰਨੇ ਵੀ ਉਸ ਕੇ ਅਲੇ ਪ੍ਰਤੀ ਔਰ ਉਹ ਪੂਰਾ ਦੁਨੀਆ ਸੀ ਆਲ ਇੰਡੀਆ ਰੇਡੀਓ ਨੂੰ ਪਾਕਿਸਤਾਨ ਐਡਿਕਸ਼ਨ ਸੀ ਆਲ ਇੰਡੀਆ ਰੇਡੀਓ ਤੇ ਸੁਣਨ ਦਾ ਔਰ ਕਿਉਂਕਿ ਪੰਜਾਬ ਹਮੇਸ਼ਾ ਸੁਰੀਲਾ ਹੈ ਤੋ ਪੰਜਾਬ ਬਹੁਤ ਹੀ ਸੁਰੀਲਾ ਹੈ ਔਰ ਡਜ਼ਨਟ ਮੈਟਰ ਔਰ ਦਰਮਿਆਨ ਚ ਲਾਈਨ ਹੈ ਉਹ ਹਮੇਸ਼ਾ ਅਨਨੋਨ ਔਰ ਅੱਛੇ ਲੋਕਾਂ ਨੂੰ ਉਹ ਡਜ਼ਨਟ ਮੈਟਰ ਕਿਹੜਾ ਨੇਮ ਉਹ ਦੇ ਵਾਂਟ ਟੂ ਲਿਸਨ ਦੈਟ ਉਹਦੇ ਵਿੱਚ ਪਰਵੇਜ਼ ਮਹਿਦੀ ਸਾਹਿਬ ਔਰ ਜਨਾਬ ਮੁਹਤਰਮ ਗੁਲਾਮ ਅਲੀ ਸਾਹਿਬ ਪੇਸ਼ ਮੇਰੇ ਵੱਡੇ ਭਾਈਆਂ ਦੀ ਤਰ੍ਹਾਂ ਉਹਨਾਂ ਦੀ ਹੈਸੀਅਤ ਹੈ ਮੇਰੇ ਗੁਰੂ ਦੀ ਤਰ੍ਹਾਂ ਉਹਨਾਂ ਦੀ ਹੈਸੀਅਤ ਹੈ ਉਹ ਵੀ ਸਾਡੀ ਫੈਮਿਲੀ ਔਰ ਦੋ ਤਿੰਨ ਤੇ ਨਾਂ ਸਨ ਮਹਿਦੀ ਹਸਨ ਗੁਲਾਮ ਅਲੀ ਸਾਹਿਬ ਪਰਵੇਜ਼ ਮਹਿਦੀ ਔਰ ਇਹਨਾਂ ਔਰ ਹੁਸੈਨ ਬਖਸ਼ ਸਾਹਿਬ ਉਹ ਵੀ ਇੱਕ ਕਮਾਲ ਦੁਨੀਆ ਸਾਨੂੰ ਜਿਹੜੇ ਸਾਡੇ ਕਿਉਂਕਿ ਮੈਂ ਮਿਊਜ਼ੀਕਲ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਇਵਨ ਕਿ ਕੁਲਦੀਪ ਵੀ ਅਤੇ ਮੈਂ ਆਪਣੀ ਆਡੀਅੰਸ ਨੂੰ ਵੀ ਦੱਸ ਦੇਵਾਂ ਈਵਨ ਕਿ ਬਾਬਰ ਭਾਈ ਤਾਂ ਸਾਨੂੰ ਜਾਣਦੇ ਨੇ ਇਹ ਤਾਂ ਇੱਦਾਂ ਹੀ ਲੱਗਦਾ ਜਿਵੇਂ ਸਾਡੇ ਵਿਛੜੇ ਭਰਾ ਹੁੰਦੇ ਨੇ ਔਰ ਮੈਨੂੰ ਲੱਗ ਵੀ ਨਹੀਂ ਰਿਹਾ ਕਿ ਮੈਂ ਬੜੇ ਟਾਈਮ ਬਾਅਦ ਗੱਲ ਕਰ ਰਹੀ ਹਾਂ ਇੱਦਾਂ ਹੀ ਲੱਗ ਰਿਹਾ ਕਿ ਯੂ ਨੋ ਆਪਾਂ ਜਿਵੇਂ ਬੜੇ ਦਿਨਾਂ ਤੋਂ ਗੱਲਾਂ ਕਰ ਰਹੇ ਹਾਂ ਅਤੇ ਜਿਹੜੇ ਸਾਡੀ ਮਿਊਜ਼ਿਕ ਆਡੀਅੰਸ ਹੈ ਜਿਹੜੀ ਸਾਡੀ ਮੇਰੀ ਫੈਮਿਲੀ ਹੈ ਉਹ ਕਾਫੀ ਸਾਰੀ ਜੁੜ ਗਈ ਹੈ ਫੇਸਬੁੱਕ 'ਤੇ ਔਰ ਜਿੰਦੀ ਜੀ ਬਹੁਤ ਅੱਛੇ ਤਬਲਾ ਪਲੇਅਰ ਨੇ ਜਿੰਦੀ ਜੋਵਨ ਜੋਤ ਪਾਰਸ ਤੇ ਜੋਵਨ ਜੀ ਤੁਸੀਂ ਮਹਿੰਦੀ ਹਸਨ ਦੇ ਇੰਨੇ ਕੁ ਵੱਡੇ ਸ਼ਗਿਰਦ ਹੋ ਉਸ ਤੋਂ ਬਾਅਦ ਤੁਸੀਂ ਪਰਵੇਜ਼ ਮਹਿੰਦੀ ਨੂੰ ਬੜਾ ਪਸੰਦ ਕਰਦੇ ਹੋ ਤੇ ਤੁਹਾਡੇ ਲਈ ਸ਼ਾਮਿਲ ਹੈ ਤੁਹਾਡੇ ਵਾਸਤੇ ਸ਼ਾਮਿਲ ਤੇ ਨਹੀਂ ਕਹਿ ਸਕਦੇ ਤੁਹਾਡੇ ਲਈ ਅੱਜ ਪੇਸ਼ ਕਰ ਰਹੇ ਹਾਂ ਬਾਬਰ ਅਲੀ ਮਹਿੰਦੀ ਸੋ ਅੱਜ ਮਹਿੰਦੀ ਸਾਹਿਬ ਤੋਂ ਕੁਛ ਨਾ ਕੁਛ ਤਾਂ ਨਿਕਲਵਾਵਾਂਗੇ
ਇਹਨਾਂ ਦਾ ਵੀ ਆਰਟ ਕਢਾਵਾਂਗੇ। ਮੇਰੀ ਜ਼ਿੰਦਗੀ ਮੇਰੇ ਪੇਰੈਂਟ ਔਰ ਪਰਵੇਜ਼ ਮਹਿਦੀ ਸਾਹਿਬ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਕਿ ਆਈ ਹੈਵ ਅ ਟੈਲੈਂਟ। ਕੈਸੀ ਸਰਪ੍ਰਾਈਜ਼, ਨੈਵਰ ਮੇਰੇ ਨਾਲ ਵੀ ਇੰਜੀ ਹੋਇਆ ਐਕਚੁਅਲੀ। ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਮੇਰੇ 'ਚ ਟੈਲੈਂਟ ਹੈ। ਔਰ ਮੇਰੀ ਮੈਂ ਲਾਹੌਰ ਤੋਂ ਗੌਰਮੈਂਟ ਕਾਲਜ ਤੋਂ ਬਿਲੋਂਗ ਕਰਨਾ, ਤੇ ਮੈਂ ਉੱਥੇ ਸਾਡਾ ਬਹੁਤ ਬੜੇ ਕੌਂਸਲ, ਮੈਂ ਉੱਥੋਂ ਦੀ ਮਿਊਜ਼ਿਕ ਸੋਸਾਇਟੀ ਦਾ ਪ੍ਰੈਜ਼ੀਡੈਂਟ ਵੀ ਸਾਂ। ਸੋ ਇਟਸ ਵਨ ਆਫ ਦੀ ਬੈਸਟ ਕਾਲਜ ਇਨ ਸਬ ਕੰਟੀਨੈਂਟ, GC ਗੌਰਮੈਂਟ ਕਾਲਜ ਲਾਹੌਰ। ਤੇ ਉਹਦੇ ਵਿੱਚ ਮੇਰਾ ਮਤਲਬ ਮੈਂ ਉੱਥੇ ਪ੍ਰੈਜ਼ੀਡੈਂਟ ਵੀ ਸਾਂ, ਤੇ ਸਾਡਾ ਡਿਨਰ ਸੀ ਕੋਈ, ਉਹਦੇ ਉੱਤੇ ਬੜਾ ਅੱਛਾ ਪ੍ਰੋਗਰਾਮ ਸੀ, ਬੜੇ ਬੜੇ ਅੱਛੇ ਆਰਟਿਸਟ ਬੁਲਾਏ। ਤੇ ਫਸਟ ਟਾਈਮ ਪ੍ਰਵੇਸ਼ ਸਾਹਿਬ ਨੇ ਮੈਨੂੰ ਉਸ ਕਾਲਜ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਦਾ ਗਾਣਾ ਗਾਉਂਦਿਆਂ ਮੈਨੂੰ ਸੁਣਿਆ, ਤੇ ਉਹਨਾਂ ਦੇ ਨਾਲ ਤਾਰੀ ਸਾਹਿਬ, ਗੁਲਾਮ ਅਬਾਸ ਸਾਹਿਬ, ਇੱਕ ਤੋਂ ਹੋਰ ਆਰਟਿਸਟ ਬੈਠੇ ਸਨ ਸਾਹਮਣੇ ਆਡੀਟੋਰੀਅਮ 'ਚ। ਕਹਿੰਦੇ ਯਾਰ ਇਹਦੀ ਤੇ ਆਵਾਜ਼ ਬਹੁਤ ਅੱਛੀ ਹੈ। ਕਹਿੰਦੇ ਯਾਰ ਮੈਂ ਤੇ ਅੱਜ ਹੀ ਸੁਣ ਰਿਹਾ ਨੂੰ, ਦੈਟ ਵਾਸ 1984 ਕਿ ਪੂਰੀ ਅਜ਼ਾਮ ਗਰੋਨ ਆਪ, ਮੈਂ ਆਪਣੀ ਐਜੂਕੇਸ਼ਨ ਕੰਪਲੀਟ, ਲਾਸਟ ਈਅਰ ਸੀ ਮੇਰਾ ਗ੍ਰੈਜੂਏਸ਼ਨ ਤੋਂ ਪਹਿਲੇ। ਤੇ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਮੈਂ ਗਾਉਂਦਾ ਵੀ ਸਾਂ। ਮੈਂ ਉਹਨਾਂ ਦਾ ਮੈਨੇਜਰ ਜ਼ਰੂਰ ਸਾਂ, ਆਈ ਮੈਨੇਜ ਹਿਮ, ਹਰ ਲਿਹਾਜ਼ ਨਾਲ ਉਹਦੀ ਬੁੱਕਸ, ਹਰ ਲਿਹਾਜ਼ ਨਾਲ ਉਹਦੀ ਬੁਕਿੰਗ, ਯਾਨੀ ਕਿ ਮੈਨੇਜ ਉਹਨਾਂ ਨੂੰ ਕਰਨਾ, ਉਹਨਾਂ ਦਾ ਟਰੈਵਲ, ਉਹਨਾਂ ਦੀ ਹਰ ਚੀਜ਼ ਦੀ। ਤੇ ਉਹ ਫਿਰ ਕਹਿੰਦੇ ਯਾਰ ਇਹ ਤਾਂ ਠੀਕ ਹੈ, ਇਹਦੀ ਰੇਂਜ ਬਹੁਤ ਅੱਛੀ ਹੈ, ਆਵਾਜ਼ ਵੀ ਅੱਛੀ ਹੈ, ਤੇ ਇਹ ਤਾਂ ਅੱਛਾ ਹੈ। ਉਹਦੇ ਬਾਅਦ ਮੈਂ 87 'ਚ ਅਮੈਰੀਕਾ ਆ ਗਿਆ, ਤੇ ਪਾਕਿਸਤਾਨ 'ਚ ਤਾਂ ਮੇਰਾ ਮਿਊਜ਼ਿਕ ਕਦੀ ਹੋਇਆ ਵੀ ਨਹੀਂ ਆਨੈਸਟਲੀ, ਔਰ ਨਾ ਕਦੀ ਸੋਚਿਆ ਸੀ। ਫਿਰ 89 ਜਾਂ 90 'ਚ ਪਰੇ ਸਾਹਿਬ ਆਏ, ਤੇ ਮੈਨੂੰ ਹਾਰਮੋਨੀਅਮ ਦੇ ਕੇ ਜਾਣ ਲੱਗਿਆ ਕਿ ਯਾਰ ਇਹ ਪਰਦੇਸ ਹੈ, ਇਹ ਹਾਰਮੋਨੀਅਮ ਰੱਖ ਲੈ, ਤੇਰਾ ਦਿਲ ਲੱਗਾ ਰਹੇਗਾ। ਉਹਦੇ ਬਾਅਦ ਮੈਂ ਇੱਥੇ ਮਿਊਜ਼ਿਕ ਸ਼ੁਰੂ ਕੀਤਾ, ਨਿਊਯਾਰਕ ਮੈਂ ਰਿਹਾ 10 ਸਾਲ, ਔਰ ਬਹੁਤ ਮਜ਼ਾ ਆਇਆ ਉਸ ਮਿਊਜ਼ਿਕ ਨੇ ਮੈਨੂੰ ਲੁਤਫ ਦਿੱਤਾ ਨਿਊਯਾਰਕ ਵਿੱਚ। ਔਰ ਆਈ ਉਹ ਇੱਕ ਵਾਹਿਦ ਟਾਈਮ ਸੀ ਜਦੋਂ ਮੈਂ ਫੁੱਲ ਟਾਈਮ ਮਿਊਜ਼ਿਕ ਕੀਤਾ ਉੱਥੇ। ਹਾਂ, ਅਦਰਵਾਈਜ਼ ਆਈ ਮੂਵ ਟੂ ਨਿਊ 1996 ਦੇ ਵਿੱਚ ਵਰਜੀਨੀਆ ਆ ਗਿਆ, ਉਹਦੇ ਬਾਅਦ ਇਹਨੂੰ ਪਾਰਟ ਟਾਈਮ ਦੇ ਤੌਰ ਤੇ ਮੈਂ ਰੱਖਿਆ। ਨਿਊਯਾਰਕ ਵਿੱਚ ਤੇ ਮੈਂ ਆਈ ਵਾਸ ਬਿਜ਼ੀ ਆਰਟਿਸਟ, ਮੈਂ ਬਹੁਤ ਅੱਛੇ, ਮਸਲ ਮੇਰੀ ਏਜ ਦੇ ਹਿਸਾਬ ਨਾਲ ਮੈਨੂੰ ਬੜੇ ਮੈਚੋਰ ਪ੍ਰੋਗਰਾਮ ਮਿਲਦੇ ਸਨ। ਮੈਂ ਇੱਥੇ ਨਿਊਯਾਰਕ ਵਰਜੀਨੀਆ ਵੀ ਆਇਆ ਸਾਂ ਪਾਕਿਸਤਾਨ ਦੀ ਅੰਬੈਸੀ ਦੇ ਵਿੱਚ ਪਰਫਾਰਮ ਕਰਨ ਲਈ। ਫੈਜ਼ ਅਹਿਮਦ ਫੈਜ਼ ਦੀ 7 ਸਾਲਾ ਤਕਰੀਬ ਆ ਸੀ ਐਜ਼ ਏ ਗਜ਼ਲ ਸਿੰਗਰ, ਓਨਲੀ ਗਜ਼ਲ ਸਿੰਗਰ। ਤੇ ਉਸ ਫਸਟ ਟਾਈਮ ਮੈਂ ਵਰਜੀਨੀਆ DC ਨੂੰ ਵੇਖਿਆ, ਤੇ ਉਹਦੇ ਬਾਅਦ ਮੈਨੂੰ ਬੜਾ ਅੱਛਾ ਲੱਗਿਆ। ਫਿਰ ਲੋਕ ਵੀ ਇੱਥੋਂ ਦੇ ਮੇਰੇ ਚਾਹਣ ਵਾਲੇ ਹੋ ਗਏ, ਉਹਨਾਂ ਨੇ ਬਾਬਰ ਕੇ ਇੱਥੇ ਮੂਵ ਕਰ ਜਾਣਾ। ਮੈਂ ਕਿਹਾ ਠੀਕ ਹੈ ਵੀ ਮੇਰੀ ਸ਼ਾਦੀ ਵੀ ਹੋ ਜਾਣੀ 96 'ਚ, ਤੇ ਉਹਦੇ ਬਾਅਦ ਮੈਂ ਆਪਣਾ ਚੂਜ਼ ਕਰਾਂਗਾ। ਫਿਰ ਮੈਂ ਇੱਥੇ ਆ ਗਿਆ। ਸ਼ਾਦੀ ਤੁਸੀਂ ਇੱਥੇ ਕੀਤੀ ਜਾਂ ਉੱਥੇ ਕੀਤੀ? ਸ਼ਾਦੀ ਤਾਂ ਪਾਕਿਸਤਾਨ ਹੀ ਕੀਤੀ, ਸ਼ਾਦੀ ਮਗਰ ਇਹ ਕਿ ਬੀਬੀ ਨੇ ਤਾਂ ਆਉਣਾ ਸੀ, ਫਿਰ ਬੱਚਿਆਂ ਵਾਸਤੇ ਅੱਛੀ ਜਗ੍ਹਾ ਚੂਜ਼ ਕਰਨੀ ਸੀ। ਕੰਮ ਬਾਰ ਫਿਰ ਘਰ ਬਾਰ ਵੀ ਤਾਂ ਚਲਾਉਣਾ ਹੁੰਦਾ ਨਾ, ਰੋਜ਼ੀ ਰੋਟੀ। ਮਿਊਜ਼ੀਸ਼ੀਅਨ ਦੀ ਜਿਹੜੀ ਇਸ ਕੰਟਰੀ ਦੇ ਵਿੱਚ, ਅਮਰੀਕਾ ਦੀ ਵੀ ਇੱਕ ਪ੍ਰੋਬਲਮ ਜ਼ਰੂਰ ਹੈ ਕਿ ਤੁਹਾਨੂੰ ਸਾਈਡ ਤੇ ਕੋਈ ਹੋਰ ਜੌਬ ਵੀ ਚਾਹੀਦੀ ਹੈ। ਦੂਸਰਾ ਕਿ ਇਟਸ ਆਲ ਡਿਪੈਂਡ ਕਿ ਤੁਸੀਂ ਕਿਸ ਕਿਸਮ ਦਾ ਮਿਊਜ਼ਿਕ ਕਰਦੇ ਹੋ। ਜਿਸ ਮਿਊਜ਼ਿਕ ਨੂੰ ਮੇਰਾ ਪਿਆਰ ਹੈ ਉਹ ਹੈਗਾ ਸੈਮੀ ਕਲਾਸੀਕਲ, ਗੁਲਾਮ ਅਲੀ ਸਾਹਿਬ, ਪਰਵੇਜ਼ ਮਹਿਦੀ, ਮਹਿਦੀ ਹਸਨ ਸਾਹਿਬ, ਇਹ ਮਿਊਜ਼ਿਕ ਪਾਰਟ ਟਾਈਮ ਨਹੀਂ ਹੋ ਸਕਦਾ। ਇਹਦੇ ਲਈ ਫੁੱਲ ਟਾਈਮ ਡਿਵੋਸ਼ਨ ਹੈ, ਇਹਦੇ ਲਈ ਤੁਹਾਨੂੰ ਰਿਆਜ਼ ਹੈ, ਇਹਦੇ ਵਿੱਚ ਤੁਹਾਡਾ ਨੈਟਵਰਕ ਹੈ। ਉਹ ਫਿਰ ਮੇਰਾ ਆਈ ਸਟਾਰਟਡ ਮਾਈ ਬਿਜ਼ਨਸ, ਤੇ ਮੇਰਾ ਖੁਦ ਆਈ ਐਮ ਅ ਬਿਜ਼ਨਸਮੈਨ, ਉਹਦੇ ਵਿੱਚ ਮੈਂ ਫਿਰ ਯੂ ਨੋ ਦੇ ਨੀਡ ਫੁੱਲੀ ਯੋਰ ਇਨਵੋਲਵਮੈਂਟ ਚਾਹੀਦੀ, ਮਗਰ ਇਹ ਪਾਰਟ ਟਾਈਮ, ਫਿਰ ਪਾਰਟ ਟਾਈਮ ਦੇ ਨਾਲ ਪਾਰਟ ਟਾਈਮ ਹੁੰਦਾ ਹੀ ਚਲਾ ਗਿਆ। ਮਤਲਬ ਇੱਕ ਮੈਂ ਹੋਰ ਇੱਥੇ ਗੱਲ ਕਹਿਣਾ ਚਾਹਾਂਗੀ ਕਿ ਨਿਊਯਾਰਕ ਦੀ ਆਡੀਅੰਸ ਹੈ ਨਾ ਜਿਹੜੀ, ਬੜਾ ਵੱਡਾ ਦਿਲ ਹੈ ਉਹਨਾਂ ਦਾ ਔਰ ਬੜੀ ਸਰੋਤੀ ਹੈ। ਇੱਥੇ ਹੌਲੀ ਹੌਲੀ ਹੋਇਆ, ਹੁਣ ਥੋੜ੍ਹਾ ਸ਼ੁਰੂ ਹੋਇਆ ਵਾਪਸ, ਕੁਛ ਸਾਲਾਂ ਤੋਂ ਪਿਕਅਪ ਹੋਇਆ, ਲੇਕਿਨ ਨਿਊਯਾਰਕ ਦੇ ਵਿੱਚ ਮੈਂ ਜਦੋਂ ਵੇਖਦੀ ਹਾਂ ਉੱਥੇ ਦੀ ਆਡੀਅੰਸ ਸ਼ੋਜ਼ ਤੇ ਜਾਂ ਇੰਜੋਏ ਕਰਦੇ ਨੇ ਕਿ ਬੜਾ ਖੁੱਲ੍ਹੇ ਦਿਲ। ਨਿਊਯਾਰਕ ਵਿੱਚ ਕਈ ਅਰਸੇ ਤੱਕ ਮੇਰਾ ਮਤਲਬ ਕਿ ਮੈਨੂੰ ਇਹ ਨਹੀਂ ਸੀ ਪਤਾ ਚੱਲਦਾ ਹੈ ਪਾਕਿਸਤਾਨੀ ਕਰਾਊਡ ਹੈ ਕਿ ਇੰਡੀਅਨ ਕਰਾਊਡ ਹੈ। ਸਹੀ ਗੱਲ, ਇੱਕ ਕਿਸਮ ਦਾ ਬੈਲੈਂਸ ਕਰਾਊਡ ਹੁੰਦਾ ਸੀ, ਦੇ ਜਸਟ ਵਾਂਟ ਫੁੱਲੀ, ਬਾਜ਼ ਦਫ਼ਾ ਤੁਹਾਨੂੰ ਪਤਾ ਚੱਲ ਜਾਂਦਾ ਯਾਰ ਪਾਕਿਸਤਾਨੀ ਕਰਾਊਡ ਹੀ ਇੰਡੀਅਨ, ਮਗਰ ਦੇ ਆਰ ਫੁੱਲ ਫਲੈਜ। ਮੇਰਾ ਮਤਲਬ ਮੈਂ ਤੇ ਇੱਥੋਂ ਤੱਕ ਵੀ ਪ੍ਰੋਗਰਾਮ ਕੀਤੇ ਨੇ ਕਿ ਕਦੀ ਕਿ ਗਰਬੇ ਤੇ ਵੀ ਉਹਨਾਂ ਨੇ ਪ੍ਰੋਗਰਾਮ ਲਗਾਇਆ। ਐਕਚੁਅਲੀ ਇਹ ਸੀ ਆਈ ਥਿੰਕ ਇਹੀ ਬੜਾ ਬਿਊਟੀਫੁਲ ਰੰਗ ਹੈ ਕਿ ਅਸੀਂ ਹਰ ਰੰਗ ਵਿੱਚ ਰੰਗੇ ਜਾਈਏ।
ਤੇ ਉਹ ਇਹ ਮੇਰੇ ਖਿਆਲ ਨਾਲ ਅਸੀਂ ਵੀ ਇੰਝ ਕੀਤਾ, ਅਸੀਂ ਵੀ ਬੜੇ ਸਾਰੇ ਪ੍ਰੋਗਰਾਮ ਜਾਂਦੇ ਹਾਂ, ਭਾਵਾਂ ਉਹ ਮੇਰੇ ਫਾਦਰ ਸਾਹਿਬ ਕਦੀ ਹੈਰਾਨ ਵੀ ਹੁੰਦੇ ਨੇ ਕਿ ਤੂੰ ਕਿਹੜੀ ਚੀਜ਼ ਛੱਡਦੀ ਹੈ। ਮੈਂ ਕਿਹਾ ਮੈਨੂੰ ਮਜ਼ਾ ਆਉਂਦਾ, ਮੈਨੂੰ ਗੁਜਰਾਤੀ ਮਿਊਜ਼ਿਕ ਸੁਣ ਕੇ ਮਜ਼ਾ ਆਉਂਦਾ, ਮੈਨੂੰ ਰੌਕ ਸੁਣ ਕੇ ਮਜ਼ਾ ਆਉਂਦਾ। ਮਿਊਜ਼ਿਕ ਤਾਂ ਕੋਈ ਜ਼ੁਬਾਨ ਹੈ ਹੀ ਨਹੀਂ, ਮਿਊਜ਼ਿਕ ਤਾਂ ਇਟਸੈਲਫ ਇੱਕ ਵੱਖਰੀ ਚੀਜ਼ ਹੈ। ਮਿਊਜ਼ਿਕ ਇਜ਼ ਪੀਸ ਬੇਸਿਕਲੀ, ਇੱਕ ਤੁਹਾਨੂੰ ਮੈਡੀਟੇਸ਼ਨ ਹੈ ਔਰ ਉਹਦੀਆਂ ਕੈਟੇਗਰੀਜ਼ ਨੇ। ਜ਼ਰੂਰੀ ਨਹੀਂ ਕਿ ਜਿਹੜਾ ਤੁਸੀਂ ਮਿਊਜ਼ਿਕ ਪਸੰਦ ਕਰਦੇ ਹੋ ਉਹ ਦੂਸਰਾ ਵੀ ਕਰਦਾ ਹੋਵੇ, ਮਗਰ ਇੱਕ ਜ਼ਰੂਰ ਹੈ ਕਿ ਹਰ ਬੰਦਾ ਮਿਊਜ਼ਿਕ ਜ਼ਰੂਰ ਪਸੰਦ ਕਰਦਾ ਹੈ। ਬਿਲਕੁਲ, ਉਹਦਾ ਡਿਫਰੈਂਟ ਬ੍ਰੈਕਟ ਹੋਏਗਾ, ਬਿਲਕੁਲ, ਮਗਰ ਬੇਸਿਕਲੀ ਉਹਦੀ ਲਾਈਫ 'ਚ ਮਿਊਜ਼ਿਕ ਜ਼ਰੂਰ ਹੋਏਗਾ। ਔਰ ਹੁਣੇ ਦੱਸੋ ਜੀ ਕਿ ਵਾਈਫ, ਤੁਹਾਡੀ ਵਾਈਫ ਵੀ ਬੜੀ ਪ੍ਰੀਟੀ ਔਰ ਬੇਟੀਆਂ ਮਾਸ਼ਾਅੱਲਾ, ਕਿਆ ਖੂਬਸੂਰਤ ਕੁੜੀਆਂ ਨੇ ਤੁਹਾਡੀਆਂ, ਬਹੁਤ ਬਿਊਟੀਫੁਲ ਕੁੜੀਆਂ ਨੇ। ਪਤਾ ਨਹੀਂ ਮਾਂ ਤੇ ਗਈਆਂ ਨੇ ਕਿ ਪਿਓ ਤੇ, ਇਹ ਪਰ ਕੁੜੀਆਂ ਬਹੁਤ ਸੋਹਣੀਆਂ ਨੇ। ਤੇ ਬੱਚਿਆਂ ਨੂੰ ਜਾਂ ਵਾਈਫ ਨੂੰ, ਉਹ ਆਪਣੀ ਭੈਣ ਤੇ ਗਈਆਂ ਨੇ ਜਿਹੜੀ ਸਾਹਮਣੇ ਬੈਠੀ। ਥੈਂਕ ਯੂ, ਅਸੀਂ ਕਦੇ ਬਾਣ ਹੀ ਨਹੀਂ ਕੀਤਾ, ਜੋਕਿੰਗ ਅਸੀਂ ਅਸੀਂ ਵੀ ਨਹੀਂ ਕੀਤਾ। ਤੇ ਉਹਨਾਂ ਨੂੰ ਮਿਊਜ਼ਿਕ ਦਾ ਸ਼ੌਂਕ ਸੀਗਾ, ਤੁਹਾਡੀ ਵਾਈਫ ਨੂੰ ਜਾਂ ਬੱਚਿਆਂ ਨੂੰ? ਬੇਟੀਆਂ ਦੀ, ਦੋਵਾਂ ਦੀ ਆਵਾਜ਼ ਬਹੁਤ ਖੂਬਸੂਰਤ ਹੈ ਔਰ ਦੇ ਆਰ ਵੈਰੀ ਮਿਊਜ਼ਿਕ ਮਾਈਂਡਡ ਔਰ ਬੜਾ ਮਸਲ ਨਿਊ ਏਜ ਡਿਫਰੈਂਟ ਮਿਊਜ਼ਿਕ, ਮਗਰ ਉਹ ਮਸਲਨ ਦੇ ਨੈਵਰ ਵਾਂਟ ਟੂ ਡੂ ਈਵਨ ਕਿ ਮੈਂ ਰਿਲੀਜੀਅਸ ਫਰੰਟ ਦੇ ਉੱਤੇ ਵੀ ਬਹੁਤ ਐਕਟਿਵ ਹੈ ਆਪਣਾ, ਉਹਦੇ ਵਿੱਚ ਜਿਹੜੀਆਂ ਸਾਡੀਆਂ ਰੈਸੀਟੇਸ਼ਨ ਹੁੰਦੀਆਂ, ਆਮ ਸੋ ਅਲਹਮਦੁਲਿਲਾ ਆਮ ਸੋ ਗੁੱਡ ਇਨ ਦੈਟ, ਉਹ ਜਿਹੜਾ ਸਾਡਾ ਦੂਸਰਾ ਪੋਰਸ਼ਨ ਹੈ ਉਹਦੇ ਵਿੱਚ ਮੈਂ ਕਾਫੀ ਮਤਲਬ ਟਾਈਮ ਦੇਣਾ ਉਹਨੂੰ, ਕਿਉਂਕਿ ਉਹ ਹੀ ਜ਼ਿੰਦਗੀ ਹੈ ਜਿਹੜੀ ਉੱਪਰ ਵਾਲਿਆਂ ਨੂੰ ਪਸੰਦ ਹੈ। ਆਫ ਕੋਰਸ, ਉਹ ਵੀ ਹੈ ਸਾਡੇ ਤਾਂ ਜਿਹੜੀ ਅੱਧੀ ਅੱਧੀ ਜਨਰੇਸ਼ਨ ਹੈ ਸਾਡੀ ਗੁਰੂ ਦੀ ਸੇਵਾ ਹੀ ਕਰਦੀ ਹੈ, ਗੁਰੂ ਦੇ ਕੀਰਤਨ ਹੀ ਗਾਉਂਦੇ ਆ। ਬੇਸ਼ੱਕ ਬੇਸ਼ੱਕ, ਹਮਾਰੀ ਇਮਾਮ ਬਾਰਗਾਹ ਦੇ ਵਿਚ ਮੁਹੱਰਮ ਔਰ ਦੂਸਰੇ ਸਿਲਸਿਲੇ ਸਾਡੇ ਜਿਹੜੇ ਜਸ਼ਨ ਹੁੰਦੇ ਨੇ ਉਹਦੇ ਵਿਚ ਬਹੁਤ ਮੇਰਾ ਪਾਰਟਿਸਿਪੇਸ਼ਨ ਹੁੰਦਾ ਔਰ ਬਹੁਤ ਬਹੁਤ ਅੱਛੇ ਪੜ੍ਹਨ ਵਾਲੇ ਨੇ, ਉਹਨਾਂ ਵਿਚ ਮੈਂ ਵੀ ਆਪਣਾ ਇੱਕ ਹਿੱਸਾ ਡਾਲਣਾ। ਪ੍ਰਮੋਟਰ ਕਦੋਂ ਮਿਲੇਗਾ ਤੇ ਸਾਨੂੰ ਪ੍ਰੋਡਿਊਸਰ ਕਿੱਥੋਂ ਮਿਲੇਗਾ? ਪ੍ਰੋਡਿਊਸਰ ਤੋਂ ਫਿਰ ਆਪਾਂ ਵਾਪਸ ਚੱਲਣਾ ਤੁਹਾਡੀ ਜਰਨੀ, ਅਸੀਂ ਕਦੀ ਪਿੱਛੇ ਲੈ ਕੇ ਜਾਵਾਂਗੇ ਕਦੀ ਅੱਗੇ ਲੈ ਕੇ ਆਉਂਗੇ। ਜਦੋਂ ਪਰਵੇਜ਼ ਖਾਨ ਸਾਹਿਬ ਦੀ ਪਹਿਲੀ ਗਜ਼ਲ ਮਾਰਕੀਟ 'ਚ ਹਿੱਟ ਹੋਈ ਸੀ, ਕੀ ਰਿਐਕਸ਼ਨ ਸੀ? ਕਮਾਲ ਸੀ। ਔਰ ਫਿਰ ਯਾਰ ਕੁਲਦੀਪ, ਜਿਹੜੀ ਬਿਊਟੀਫੁਲ ਗੱਲ ਹੈ ਕਿ ਮੈਂ ਜਿਸ ਦੇ ਸ਼ਾਗਿਰਦ ਦਿੱਤੇ ਉਹ ਜ਼ਰੂਰ ਹੈ, ਬੜੀ ਪਰਸਨਲ ਗੱਲ ਮੈਂ ਕਰਨ ਲੱਗਾ, ਕਿ ਮਗਰ ਤੁਸੀਂ ਉਹਨਾਂ ਦੀ ਕੰਪੋਜੀਸ਼ਨ ਵੇਖੋ, ਵੈਰੀ ਡਿਫਰੈਂਟ ਨੇ। ਯੈਸ, ਆਈ ਐਗਰੀ, ਮੈਂ ਮੰਨ ਗਿਆ, ਹੈ ਕਮਾਲ ਨਹੀਂ ਗਾ ਯਾਰ। ਉਹਨਾਂ ਦੀ ਪਹਿਲੀ ਗਜ਼ਲ ਸੀ ਗੁਲ ਤੇਰਾ ਰੰਗ ਚੁਰਾ ਲਾਏ ਹੈ ਗੁਲਜ਼ਾਰੋਂ ਨੇ, ਜਲ ਰਹਾ ਹੂੰ ਭਰੀ ਬਰਸਾਤ ਕੀ ਬੋਛਾੜੋਂ ਮੇਂ, ਤੇ ਮੈਂ ਟੋਟਲੀ ਡਿਫਰੈਂਟ ਕੰਪੋਜੀਸ਼ਨ ਸਟਾਈਲ ਡਿਫਰੈਂਟ ਹੈ ਮੈਥੀ ਸਾਹਿਬ ਦਾ, ਉਹ ਫਰੈਸ਼ਨੈਸ ਆਈ ਸੀ ਮੇਰਾ ਮਤਲਬ ਕਿ ਸਾਡੇ ਕੋਲ ਖੂਬਸੂਰਤ ਫੁੱਲ ਨੇ। ਆਨੈਸਟਲੀ ਮੈਂ ਮਿਊਜ਼ਿਕ ਨੂੰ ਅਗਰ ਟੂਟਾਂ ਕੋ ਗਾ ਲੈਣਾ ਵਾਂਗਾ ਇਸ ਬਲੈਸਿੰਗ, ਮਗਰ ਆਮ ਐ ਬਿਗ ਲਿਸਨਰ ਕਲਾਸੀਕਲ ਮਿਊਜ਼ਿਕ, ਸਾਰੰਗੀ, ਸਰੋਤ, ਸਿਤਾਰ, ਸਰੋਤ, ਆਪਣਾ ਸੰਤੂਰ, ਫਲੂਟ ਔਰ ਪਰਵੇਜ਼ ਮਹਿਦੀ, ਗੁਲਾਮ ਅਲੀ ਮਹਿਦੀ ਹਸਨ, ਉਧਰੋਂ ਉਸਤਾਦ ਰਾਸ਼ਿਦ ਖਾਨ ਯਾ ਹਰੀ ਪ੍ਰਸ਼ਾਦ ਚੁਰਸੀਆ, ਨਿਖਿਲ ਬੈਨ, ਯਾਨੀ ਆਮ ਲਿਸਟ ਆਮ ਆਨੈਸਟਲੀ ਬਿਗ ਅੱਲਾ ਗਵਾਹ ਹੈ ਆਮ ਅ ਗੁੱਡ ਲਿਸਨਰ, ਮਗਰ ਮੈਂ ਵੇਖਣਾ ਐਡੇ ਖੂਬਸੂਰਤ ਫੁੱਲ ਨੇ ਕਿ ਮਹਿਤੀ ਹਸਨ ਦਾ ਕੰਮ ਗੁਲਾਮ ਅਲੀ ਸਾਹਿਬ ਨਾਲ ਨਹੀਂ ਮਿਲ ਰਿਹਾ, ਗੁਲਾਮ ਅਲੀ ਸਾਹਿਬ ਦਾ ਪਰੇਸ ਮਹਿੰਦੀ ਸਾਹਿਬ ਨਾਲ ਨਹੀਂ ਮਿਲਦਾ। ਤਿੰਨੇ ਹੀ ਹਸੀਨ ਖੁਸ਼ਬੂਆਂ ਨੇ ਮਿਊਜ਼ਿਕ ਦੀਆਂ ਕਿ ਜਿਹੜੀਆਂ ਸਾਨੂੰ ਆਪਣੇ ਆਪਣੇ ਤਰੀਕੇ ਨਾਲ ਖੁਸ਼ਬੂ ਤੋਂ ਮੱਥਰ ਕਰਦੀਆਂ। ਮੈਂ ਜਦੋਂ ਪਹਿਲੀ ਵਾਰੀ ਸੁਣਿਆ ਸੀ ਨਾ ਪਰਵੇਜ਼ ਖਾਨ ਸਾਹਿਬ ਨੂੰ, ਤੇ ਮੈਨੂੰ ਮੇਰੇ ਫਾਦਰ ਇਨ ਲਾ ਸਾਹਿਬ ਨੇ ਜਿਹੜੇ ਭੁਪਿੰਦਰ ਸਿੰਘ ਪਾਰਸ ਨੇ, ਉਹਨਾਂ ਨੇ ਕਿਹਾ ਕਿ ਮੇਰੇ ਭਾਜੀ ਮਹਿੰਦੀ ਹਸਨ ਖਾਨ ਸਾਹਿਬ ਇੱਕ ਹਿੱਟ ਗਜ਼ਲ ਸਿੰਗਰ ਮਾਰਕੀਟ 'ਚ, ਗੁਲਾਮ ਅਲੀ ਚੱਲ ਰਹੇ, ਕਹਿੰਦੇ ਪਤਾ ਨਹੀਂ ਕਿੱਥੋਂ ਆਇਆ ਔਰ ਆ ਕੇ ਦਿਲਾਂ 'ਚ ਛਾ ਗਿਆ, ਔਰ ਇੰਨੇ ਫੇਮਸ ਲੋਕਾਂ ਨੂੰ ਪਿੱਛੇ ਕਰਕੇ ਆਪਣਾ ਨਾਮ ਪੈਦਾ ਕਰਨਾ ਬੜੀ। ਇਹ ਤੁਹਾਡਾ ਪੁਆਇੰਟ ਜਿਹੜਾ ਹੈ ਆਪਣਾ ਮੋਨੀ ਜੀ, ਜਿਹੜਾ ਪੁਆਇੰਟ ਹੈ ਨਾ ਕਿ ਬਹੁਤ ਡਿਫਿਕਲਟ ਹੈ, ਇਹ ਜਿਹੜੇ ਵੱਡੇ ਹੁੰਦੇ ਨਾ ਕ੍ਰਿਕਟਰ, ਇਹਨਾਂ ਦੇ ਵਿੱਚ ਅੰਡਰ 19 ਦੇ ਵਿੱਚ ਕੌਂਟੀਆਂ ਖੇਲਣ ਵਾਲੇ ਕ੍ਰਿਕਟਰ ਜਿਹੜੇ ਨੇ ਨਾ ਉਹ ਮਸਲੇ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਔਰ ਮਹਿਦੀ ਹਸਨ ਸਾਹਿਬ ਤੇ ਗੁਲਾਮ ਅਲੀ,
ਬਰਬਾਦ ਕਰ ਦੇਣ ਵਾਲੇ ਆਰਟਿਸਟ ਹੋਏ ਨੇ, ਉਹਦੇ ਵਿੱਚ ਬੰਦਾ ਆਵੇ ਤੇ ਫਿਰ ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਦਾ ਇੱਕ ਦਾ ਸ਼ਾਗਿਰਦ ਵੀ ਹੋਵੇ, ਵਿਚ ਇਜ਼ ਵੈਰੀ ਅਮੇਜ਼ਿੰਗ, ਔਰ ਆ ਕੇ ਆਪਣੀ ਨਾ ਕਿ ਸਿਰਫ ਗਾਣਾ ਗਾਵੇ, ਆਪਣੀ ਇੱਕ ਸਪੇਸ ਕ੍ਰੀਏਟ, ਆਪਣੀ ਜਗ੍ਹਾ ਬਣਾਈ। ਦੂਸਰੇ ਆਰਟਿਸਟ ਨੂੰ ਬੜਾ ਪਿਆਰ ਕਰਨਾ, ਬੜਾ ਹੀ ਪਿਆਰ ਕਰਨਾ, ਦੇ ਨੋਜ਼ ਦੈ ਕਿ ਬਾਹਰ ਬੜਾ ਹੀ ਯਾਰ ਲੁਤਫ ਵਾਲਾ ਬੰਦਾ, ਮਗਰ ਮੈਂ ਵੇਖਣਾ ਆਪਣੇ ਭਾਈਜਨ ਦੇ ਕਲਰਸ ਵੇਖਣਾ, ਕੰਪੋਜੀਸ਼ਨਾਂ ਦੇ ਫਾਸਲੇ ਐਸੇ ਵੀ ਹੋਣਗੇ, ਗਏ ਦਿਨੋਂ ਦਾ ਸੁਰਾਗ ਲੈ ਕੇ, ਉਹਦੇ ਬਾਅਦ ਜਾਵੇ ਪ੍ਰਦੇਸੀਆ, ਮੇਰੀਆਂ ਗੱਲਾਂ ਯਾਦ ਕਰੇਗੀ ਪੱਤਰੀ ਵਾਲੇ ਰੋਕ, ਕਮਾਲ ਲਬੇ ਖਬ, ਐਸੇ ਤੇ ਖੂਬਸੂਰਤ ਇੱਕ ਇੱਕ ਪੀਸ ਜਿਹੜਾ ਮੇਰਾ ਤਲ, ਔਰ ਮੈਂ ਸਮਝਦਾ ਕਿ ਇਹ ਮੈਂ ਇੱਕ ਬੜੀ ਪਰਸਨਲ ਗੱਲਾਂ ਕਰ ਰਿਹਾ ਕਿ ਜਿੰਨੇ ਵੀ ਆਰਟਿਸਟ ਹੋਏ ਨੇ ਇੰਡੋ ਪਾਕਿਸਤਾਨ ਦੇ, ਉਹ ਜਿੰਨੇ ਵੀ ਪਾਪੂਲਰ ਜਿਹੜੇ ਟੌਪ ਤੇ ਗਏ ਨੇ ਉਹ ਸਾਰੇ ਸਿੰਗਰ ਕੰਪੋਜ਼ਰ ਸਨ। ਜਗਜੀਤ ਸਾਹਿਬ ਦੀ ਮਿਸਾਲ ਤੁਹਾਡੇ ਸਾਹਮਣੇ, ਜਨਾਬ ਨੁਸਰਤ ਫਤਿਹ ਅਲੀ ਸਾਹਿਬ ਦੀ ਮਿਸਾਲ ਸਾਹਮਣੇ, ਮਹਿਦੀ ਹਸਨ ਸਿੰਗਰ ਕੰਪੋਜ਼ਰ, ਗੁਲਾਮ ਅਲੀ ਸਾਹਿਬ ਸਿੰਗਰ ਕੰਪੋਜ਼ਰ, ਪ੍ਰੇਮ ਮਹਿਦੀ ਸਿੰਗਰ ਕੰਪੋਜ਼ਰ। ਸਹੀ ਗੱਲ। ਮੈਂ ਫਿਰ ਆਪਾਂ ਉੱਥੇ ਹੀ ਆਵਾਂਗੇ ਕਿ ਜਦੋਂ ਉਹਨਾਂ ਦੀ ਪਹਿਲੀ, ਮੈਨੂੰ ਪਤਾ ਤੁਸੀਂ ਉੱਥੇ ਆਣਾ ਸੀ ਕਿਉਂਕਿ ਤੁਹਾਡੀ ਜਰਨੀ, ਕਿਉਂਕਿ ਤੁਸੀਂ ਜੋ ਦੇਖਿਆ ਨਾ, ਤੁਸੀਂ ਜੋ ਦੇਖਿਆ ਨਾ, ਅਸੀਂ ਅਸੀਂ ਪਤਾ ਕੀ ਕਰ ਰਹੇ ਆ ਬਾਬਰ ਸਾਹਿਬ, ਅੱਜ ਤੁਹਾਡੀ ਨਜ਼ਰ ਤੋਂ ਸਾਰੀ ਦੁਨੀਆ ਦਿਖਾ ਰਹੇ ਆ। ਇੱਡੀ ਵੱਡੀ ਹਸਤੀ ਪਰਵੇਜ਼ ਮਹਿੰਦੀ ਖਾਨ ਸਾਹਿਬ ਦੀ ਜਰਨੀ ਸ਼ਾਇਦ ਕਈਆਂ ਨੂੰ ਪਤਾ ਨਹੀਂ, ਔਰ ਜਿਵੇਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਗਜ਼ਲ ਗਾਣੀ ਬਹੁਤ ਔਖੀ ਹੈ, ਔਰ ਉਹ ਉਹਦੇ ਵੱਖਰੀ ਆਡੀਅੰਸ ਹੈ, ਥੋੜ੍ਹੀ ਹੈ ਚੰਗੀ ਹੈ। ਸੋ ਉਹ ਸਫ਼ਰ ਜਿਵੇਂ ਸੀਗਾ, ਤੁਹਾਡੇ ਪੇਰੈਂਟਸ ਦਾ ਕੀ ਰਿਐਕਸ਼ਨ ਸੀਗਾ, ਤੁਹਾਡਾ ਕੀ ਰਿਐਕਸ਼ਨ ਸੀਗਾ, ਫਿਰ ਵਰਲਡ ਵਾਈਡ ਕੀ ਰਿਐਕਸ਼ਨ ਹੈ, ਅਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ 'ਚ ਕਦੀ ਅਹੰਕਾਰ ਨਹੀਂ ਦੇਖਿਆ। ਸਾਰੇ ਆਰਟਿਸਟਾਂ ਦਾ, ਸਾਰੇ ਦੁਨੀਆ ਦੇ ਫੈਨਾਂ ਦਾ ਇੱਕ ਚੀਜ਼ ਦੇ ਉੱਤੇ ਨਾ ਬਿਲਕੁਲ ਇਤਫਾਕ ਹੈ ਕਿ ਪਰਵੇਜ਼ ਮਹਿਦੀ ਵਾਜ਼ ਅ ਸਵੀਟ ਹਿਊਮਨ ਬੀਇੰਗ, ਉਹਨਾਂ ਨੂੰ ਕੋਈ ਕੌਨਸ਼ੀਅਸ ਨਹੀਂ ਸੀ ਕਿ ਹੀ ਇਜ਼ ਪਰਵੇਜ਼ ਮਹਿਦੀ, ਉਹ ਉਹਨਾਂ ਦੇ ਕੋਈ ਉਹ ਤਮਾ ਹੁੰਦਾ ਨਾ ਜਿਹੜਾ ਬੜਾ ਕਮਰਸ਼ਲਿਜ਼ਮ, ਉਹ ਵੀ ਨਹੀਂ ਸੀ ਉਹਨਾਂ 'ਚ, ਕੋਈ ਆਦਮੀ ਨੂੰ ਬਹੁਤ ਨੋਕ ਪਲਕ ਦਰੁਸਤ ਕਰਕੇ ਹਰ ਵੇਲੇ ਬੜਾ ਕੌਨਸ਼ੀਅਸ ਬੰਦਾ ਹੁੰਦਾ, ਹੀ ਵਾਸ ਨਾਟ ਲਾਈਕ ਦੈਟ। ਇੱਕ 24 ਆਵਰ ਇੱਕ ਆਰਟਿਸਟ ਹੁੰਦੇ ਸਨ, ਉਹ ਉੱਠਦੇ ਬੈਠਦੇ ਇੱਕ ਨੈਚੁਰਲ ਆਰਟਿਸਟ ਹੁੰਦਾ ਜਿਹੜਾ, ਕਿ ਉਹਨਾਂ ਨੂੰ ਫਿਰ ਆਪਸ 'ਚ ਜਿਹੜੇ ਉਹਨਾਂ ਦੇ ਕੰਪੈਟੀਟਿਵ ਆਰਟਿਸਟ ਨੇ ਉਹਨਾਂ ਨਾਲ ਬੜਾ ਮੁਹੱਬਤ ਪਿਆਰ, ਉਹਨਾਂ ਨਾਲ ਬੜੇ ਮੁਹੱਬਤ ਪਿਆਰ। ਅਦਰਵਾਈਜ਼ ਹੁੰਦਾ ਕਿ ਸਾਡੇ ਕਮਰਸ਼ੀਅਲ ਇਸ ਫੀਲਡ ਦੇ ਵਿੱਚ ਲੋਕ ਇੱਕ ਦੂਸਰੇ ਨੂੰ ਅਵਾਇਡ ਕਰਦੇ ਨੇ, ਥੋੜ੍ਹਾ ਜਿਹਾ ਕੌਨਸ਼ੀਅਸ ਹੁੰਦੇ ਨੇ, ਇੱਕ ਬੜੀ ਸ਼ੋਅ ਬਿਜ਼ਨਸ, ਬੜੀ ਰੁਥਲੈਸ ਫੀਲਡ ਹੈ, ਮਗਰ ਉਹਦੇ ਵਿੱਚ ਇੰਨਾ ਖੂਬਸੂਰਤੀ ਸੀ ਉਹਨਾਂ ਦੀ ਆਪਣੇ ਮਿਊਜ਼ਿਕ ਦੇ ਲੋਕਾਂ ਨਾਲ ਪਿਆਰ ਮੁਹੱਬਤ। ਸਾਡੇ ਘਰਾਂ 'ਚ ਸ਼ਾਦੀਆਂ, ਮਸਾਂ ਮੇਰੀ ਸ਼ਾਦੀ ਹੈ, ਮੈਨੂੰ ਯਾਦ ਆਉਂਦਾ ਕਿ ਸਾਰੇ ਪਾਕਿਸਤਾਨ ਦੇ ਆਰਟਿਸਟ, 3 ਦਿਨ ਦਾ ਕੌਨਸਰਟ ਸੀ ਉਹ, ਕਿ ਹਰ ਰਾਤ ਨੂੰ ਜਨਾਬ ਬੁਲਾ ਰਹੇ ਨੇ ਲੋਕ ਤੇ ਪਰਫਾਰਮ ਕਰ ਰਹੇ ਨੇ, ਕੋਈ ਸਟੇਜ ਤੋਂ ਵੀ ਆਰਟਿਸਟ ਆ ਰਹੇ ਨੇ, ਸਿਰਫ ਉਹੀ ਆਰਟਿਸਟ ਨੇ, ਮਗਰ ਉਹਨਾਂ ਵਿੱਚ ਮੈਂ ਆਈ ਵਾਂਟ ਟੂ ਰੀਅਲੀ ਰਿਕਾਰਡ ਕਰਨਾ ਚਾਹੁੰਦਾ ਹਿਸਟੋਰੀਕਲ, ਕਿ ਭਾਈਜਨ ਗੁਲਾਮ ਅਲੀ, ਮੈਂ ਉਹਨਾਂ ਭਾਈਜਨ ਕਹਿੰਦਾ, ਉਹਨਾਂ ਨੇ ਮੇਰੀ ਸ਼ਾਦੀ ਇਸ ਤਰ੍ਹਾਂ ਅਟੈਂਡ ਕੀਤੀ ਹੈ ਕਿ ਬਿਲਕੁਲ ਉਹ ਲੱਗਦਾ ਨਹੀਂ ਸੀਗਾ ਗੁਲਾਮ ਅਲੀ ਸਾਹਿਬ ਨੇ, ਮਤਲਬ ਉਸੇ ਟਾਈਮ ਤੇ ਪਹੁੰਚ ਰਹੇ ਜਿਸ ਵੇਲੇ ਵਾਕਈ ਦੁਲਹਨ ਬਰਾਤ ਜਾਣੀ ਹੈ, ਕਮਾਲ। ਤੇ ਇਹ ਹੁਣ ਇਹ ਕੀ ਹੈ, ਇਸ ਅ ਬਿਊਟੀ, ਕਿ ਕਿੰਨੀ ਕਲੋਸਨੈਸ ਸੀ ਉਹਨਾਂ ਦੀ ਆਪਸ ਦੇ ਵਿੱਚ, ਪਰਵੇਜ਼ ਮਹਿਦੀ ਗੁਲਾਮ ਅਲੀ ਸਾਹਿਬ। ਬਿਲਕੁਲ। ਤੇ ਫਿਰ ਜਦੋਂ ਤੁਸੀਂ ਅਮਰੀਕਾ ਆਏ ਵਾਪਸ, ਤੇ ਉਸ ਤੋਂ ਬਾਅਦ ਤੁਸੀਂ, ਜ਼ਾਹਿਰ ਜੀ ਗੱਲ ਹੈ ਕਿ ਨਵਾਂ ਵਿਆਹ ਆ, ਬੰਦਾ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦਾ, ਤੇ ਫਿਰ ਕਿਸ ਤਰ੍ਹਾਂ ਮਿਊਜ਼ਿਕ ਨੂੰ ਕਿਸ ਤਰ੍ਹਾਂ ਫਿਰ ਆਪਣੇ ਨਾਲ ਤੁਸੀਂ ਜੋੜ? ਮਿਊਜ਼ਿਕ ਤੇ ਮੇਰੇ ਨਾਲ ਕਦੀ ਵੀ ਦੂਰ ਨਹੀਂ ਹੋਇਆ, ਸਿਰਫ ਇਹ ਕਿ ਉਹਨੂੰ ਥੋੜ੍ਹਾ ਜਿਹਾ ਆਈਸੋਲੇਟ ਕਰ ਦਿੱਤਾ ਪਬਲਿਕ 'ਚੋਂ, ਕਿਉਂਕਿ ਉਹਦੇ ਲਈ ਜਿਹੜਾ ਕਮਰਸ਼ੀਅਲ ਮਿਊਜ਼ਿਕ ਹੈ ਨਾ, ਮਤਲਬ ਕਮਰਸ਼ੀਅਲ ਮੀਨ ਕਿ ਜਿਸ ਵੇਲੇ ਤੁਸੀਂ ਜਾ ਕੇ ਕਿਸੇ ਪਰਫਾਰਮ ਕਰਨਾ ਹੈ, ਉਹਦੇ ਵਿੱਚ ਯਾਨੀ ਇਟਸ ਟੂ ਡਿਫਰੈਂਟ ਥਿੰਗ ਹੈ। ਘਰ 'ਚ ਤੁਸੀਂ ਹਾਰਮੋਨੀਅਮ ਖੋਲ੍ਹ ਕੇ ਗਾ ਰਹੇ ਹੋ ਅਤੇ ਜਾ ਕੇ 150 ਬੰਦਾ ਬੈਠਾ ਹੈ ਉਹਨਾਂ ਨੂੰ, ਇਟਸ ਟੂ ਡਿਫਰੈਂਟ ਥਿੰਗ। ਉਹਦੇ ਲਈ ਹੋਮਵਰਕ ਹੁੰਦਾ ਹੈ, ਉਹਦੇ ਲਈ ਡਿਵੋਸ਼ਨ ਹੁੰਦੀ ਹੈ, ਉਹਦੇ ਲਈ ਤੁਸੀਂ ਥੋੜ੍ਹਾ ਬਹੁਤ ਤਿਆਰੀ ਕਰਦੇ ਹੋ, ਅਤੇ ਜਿਸ ਵੇਲੇ ਉਹ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਫਿਰ ਬੇਸਿਕਲੀ ਜਸਟ ਸੀਟ ਬੈਕ ਸੀਟ 'ਤੇ ਚਲੇ ਜਾਂਦੇ ਹੋ। ਫਿਰ ਮਗਰ ਫਿਰ ਇਹ ਕਿ ਟਾਈਮ ਟੂ ਟਾਈਮ ਆਈ ਯੂਜ਼ ਟੂ ਪਿਕ ਵੈਰੀ ਨਾਈਸ, ਮੇਰੀ ਪਸੰਦ ਦੀ ਕੋਈ ਸਿਟਿੰਗ ਜਿੱਥੇ ਜਾ ਕੇ ਪਰਫਾਰਮ ਕਰ ਲਿਆ। ਅੱਜ ਵੀ ਮੇਰਾ ਤਾਂ ਅਗਰ ਕੋਈ ਅੱਛਾ ਕੋਈ ਸੈਟਅਪ ਮੈਨੂੰ ਕੋਈ ਰਿਕੁਐਸਟ ਕਰਦਾ, ਬਾਬਰ ਯਾਰ ਕੁਛ ਨਾ ਕੁਛ ਕਰਨਾ ਚਾਹੀਏ,
ठीक है, मगर ऐसा नहीं कि मैं बेसिकली आई एम लुकिंग फॉरवर्ड के फंक्शन नहीं आ रहा। आएंगे आएंगे, पूरा तो पता नहीं पर माई टीवी जरूर लेके आएगा। माई टीवी ते जरूर आओगे तुसी, माई टीवी दी ऑडियंस ते ते लोकां नूं असीं ये भी दस दिए कि बाबर साहब हले भी परफॉर्म करदे ने, सो उहनां नूं राबता अगर ओह नहीं तुहाडे पकड़ च आ रहे ते सानूं दसो, असीं फड़ के लै आवांगे उत्थे। नहीं मैं तुहानूं मेरा तो यू आर बेसिकली वेरी क्रिएटिव पीपल और तुहाडा कंट्रीब्यूशन इन्ना खूबसूरत है साडे डीएमबी एरिए च कि तुसी फैमिलीज नूं जोड़दे हो, मुहब्बतां जोड़दे हो और एक लाइफ प्रोवाइड करदे हो अपना, ते ए एदा तुहानूं असीं भी कम्यूनिटी भी अजर देगी ते उपर वाला भी अजर देगा। ये मुहब्बतां बहुत बड़ा फरीजा है, बड़ा लोकां नूं इकट्ठियां करना और खुशबुआं और मुहब्बतां वंडना तुसी, ब्यूटीफुल। पिछले शो च असी एक शो किया सी, पाकिस्तान तो सिंगर साडे नाल सीगा ते असी उन्हां नूं कहा सीगा कि माई टीवी दा जिहड़ा रोल है ना, सुरीले सिंगर सुरीले खानदान सुर दे नाल रिलेटेड असी अगे लैके आणे ने, और जिन्हां ने पुश्तानी गांदे आ रहे ने, जिन्हां तो म्यूजिक आया है, जिन्हां ने कुछ करके विखाया है, असल धरोवर ने म्यूजिक दी, उन्हां नूं असी सामने लैके आणे। मैं दूसरे तो तुहाडे नाल मेरी मसलन रिक्वेस्ट गई है ते मैं कोई एक सेकंड ही सोचिया भी नहीं, क्योंकि आई नो कि तुहाडा फैमिली बैकग्राउंड और उहदे बाद तुहाडी कंट्रीब्यूशन और इहदे अलावा भी वी आर सोशली वी नो कि तुसी सच्ची मुची ट्रू आर्टिस्टां नूं या ट्रू आर्ट नूं प्रमोट करदे हो। थैंक यू। और तुहाडा मकसद हुंदा कि यार इस आर्टिस्टां नूं पज़ीर आई मिले और जिहड़े लोग उहनां नूं सुणन वाले ने ਉਹਨਾਂ ਤੱਕ ਵੀ ਉਹਨਾਂ ਦੀ ਆਪਸ ਚ ਰਸਾਈ ਬਹੁਤ ਅੱਛੀ ਹੋ ਜਾਵੇ। ਪਤਾ ਕੀ ਰੀਜ਼ਨ ਕੀ ਸੀ ਬਾਬਰ ਭਾਈ, ਮਨੀ ਮੇਕਿੰਗ ਬਿਜ਼ਨਸ ਨਹੀਂ ਬਣਾਇਆ ਜੀ, ਬਿਲਕੁਲ, ਇਹ ਅਸੀਂ ਰੂਹਦਾਰੀ ਦਾ ਲੋਕਾਂ ਨੂੰ ਜਿਹੜਾ ਰੀਅਲ ਟੈਲੈਂਟ ਹੈ, ਜਿਹੜੇ ਰੀਅਲ ਘਰਾਣੇ ਨੇ, ਤਾਂ ਕਿ ਉਹ ਪਿੱਛੇ ਰਹਿ ਨਾ ਜਾਣ, ਕਿਉਂਕਿ ਉਹ ਲੋਕ ਬੈਕ ਸੀਟ ਤੇ, ਜਿਵੇਂ ਤੁਸੀਂ ਕਿਹਾ ਨਾ ਕਿ ਬੈਕ ਸੀਟ ਤੇ ਜਾਣ ਵਾਲੇ ਲੋਕ ਨੇ, ਲੇਕਿਨ ਜਿਹੜੀ ਅੱਜ ਕੱਲ੍ਹ ਸ਼ੋਖ ਦੁਨੀਆ ਹੈ, ਅੱਜ ਕੱਲ੍ਹ ਗਾਣੇ ਵੇਖ ਲਓ, ਅੱਜ ਕੱਲ੍ਹ ਆਰਟਿਸਟ ਦੇਖ ਲਓ, ਉਹ ਬੜੇ ਸ਼ੋਖ ਮਿਜਾਜ ਦੇ ਵੀ ਨੇ ਔਰ ਉਹ ਠੀਕ ਹੈ, ਉਹ ਵੀ ਬਹੁਤ ਅੱਛਾ ਗਾ ਰਹੇ ਨੇ, ਐਸਾ ਨਹੀਂ ਕਿ ਅਸੀਂ ਵੀ ਬਾਲੀਵੁੱਡ ਜਾਂ ਪੰਜਾਬੀ ਗਾਣੇ ਅਸੀਂ ਵੀ ਸੁਣਦੇ ਹਾਂ, ਬੜੇ ਇੰਜੋਏ ਵੀ ਕਰਦੇ ਹਾਂ, ਪਾਰਟੀਆਂ 'ਚ ਨੱਚਦੇ ਟੱਪਦੇ ਵੀ ਹਾਂ, ਲੇਕਿਨ ਉਹਦੇ ਨਾਲ ਅਸੀਂ ਜਿੱਥੋਂ ਮਿਊਜ਼ਿਕ ਦੀ ਜਿਹੜੀ ਮੇਨ ਜੜ੍ਹ ਹੈ ਨਾ, ਜਿੱਥੋਂ ਮਿਊਜ਼ਿਕ ਪਣਪਿਆ, ਜਿੱਥੋਂ ਮਿਊਜ਼ਿਕ ਨੇ ਐਸੇ ਐਸੇ ਆਰਟਿਸਟ ਦਿੱਤੇ ਨੇ, ਉਹਨਾਂ ਨੂੰ ਨਾ ਭੁੱਲੀਏ। ਸੋ ਇਹ ਦਿਸ ਇਜ਼ ਨਾਟ ਅ ਮਨੀ ਮੇਕਿੰਗ ਰੇਡੀਓ ਸ਼ੋਅ, ਦਿਸ ਇਜ਼ ਜਾਂ ਟੀ ਵੀ ਸ਼ੋਅ, ਇਹ ਸਾਡੇ ਵਾਸਤੇ ਮੇਰੇ ਔਰ ਸਪੈਸ਼ਲ ਆਰਟ ਪ੍ਰਮੋਟਿੰਗ। और मैं समझना मोनी जी के जिहड़ी बेस है ना वो कदी फिनिश नहीं होएगी, ए जिहड़े भी जिस तरह हरजीत जी ने अजकल बहुत अच्छा गा रहे ने, उहदे बाद होर आर्टिस्ट ने इंडिया दे बहुत अच्छा गा रहे ने या पाकिस्तान दे आर्टिस्ट ने, वो मैं बिलीव करना कि जिहड़ा भी अच्छा जिहनूं असीं सारे अच्छा कह रहे होवांगे ना, उहदी बेस क्लासिकल थी होएगी, क्लासिकल ही हुंदी, अदरवाइज तुहानूं लुत्फ ही नहीं आ सकता। ਲੰਬੀ ਚੌੜੀ ਗੱਲਾਂ ਨਾ ਹੋ ਜਾਣ, ਸਾਨੂੰ ਕੁਛ ਸੁਣਾਈ ਦਵੋ ਥੋੜਾ ਜਿਹਾ ਤੇ ਸੁਣਾ ਦੋ ਜੋ ਤੁਹਾਡਾ ਦਿਲ ਕਰੇ। ਮੈਂ ਥੋੜਾ ਜਿਹਾ ਇਨਕਾਰ ਨਹੀਂ ਕਰਾਂਗਾ, ਵਾਜੇ ਸ਼ਾਜੇ ਨਿਕਲ ਰਹੇ ਨੇ ਥੋੜਾ ਜਿਹਾ, ਮੈਂ ਕਿਹਾ ਸੀ ਕਿਉਂਕਿ ਯੂਜ਼ ਟੂ ਇਸੇ ਚੀਜ਼ ਨਾਲ ਤੇ, ਮਗਰ ਮੈਂ ਆਈ ਵਾਸ ਰੈਡੀ ਕਿ ਕੋਈ ਅਗਰ ਤੁਸੀਂ ਕੁਝ ਕਹਿਤਾ ਤੇ ਮੇਰਾ ਕੀ ਬਣੇਗਾ, ਅਸੀਂ ਕਹਿਣਾ ਤੇ ਸੀਗਾ ਹੀ, ਉਹ ਤਾਂ ਕਹਿਣਾ ਬੰਦਾ ਹੀ ਹੈ। ਜਾਵੇ ਪਰਦੇਸੀਆਂ ਵੇ ਤੇਰਾ ਕਲੂਆ, ਜਦੋਂ ਦਾ ਤੇਥੋਂ ਦੂਰ ਮੈਂ ਹੋਇਆ ਮਜਬੂਰ, ਹੱਸਣਾ ਚਾਹੇ ਯਾਦਾਂ ਤੇਰੀਆਂ ਹੈ ਜਾਨਸੀਆਂ। ਇੱਕ ਇੱਕ ਕਲਿੱਪ ਮਹਿੰਗਾ ਤੁਹਾਨੂੰ, ਇੱਕ ਉਹਨਾਂ ਦੀ ਗਜ਼ਲ ਹੈ, ਟੁੱਟ ਜਾਏ ਨਾ ਹੋਠ ਹਿਲਾਉ
लेकिन जिन्नी वारी सुनिया इंज नहीं लग्या कि पुरानी हो गई, जिन्नी वारी सुनिया इंज लग्या कि ए होर उभर के आई है। मैं ते परवेज मेहंदी दे रंग जे तां मैं जदों दी तुहाडे नाल गल होई है ना कि तुहानूं असीं पाणा ते मेरी कोशिश इह हुंदी कि एक पाकिस्तान एक इंडिया और एक लोकल टैलेंट इदां इदां जावां तां कि लोकल टैलेंट नूं वी ना भुल्लां, इह वी बहुत इंपोर्टेंट है और तुसीं साडे लोकल हो। ते जदों मैं तीन दिन हो गए, मैं तीन दिन जो मैं परवेज मेहंदी सुन छड्या सारा बड़ा मज़ा आया सुन के उन्होंने और रूह बड़ी खुश हुई, स्पेशली तुहाडे नाल गलबात करके मैनूं इदां ही लग रहा है कि जिवें बिछड़े परिवार मिले असीं। अच्छा फिर एक होर हुण तुसीं हुण शुरू भी हो गई सिलसिला साडा, ते इन्ना तुहाडे कोल आर्ट है, इन्ना ज्ञान है, कि तुसीं होर बच्चियां नूं सिखा रहे हो, ट्यूशन दे रहे हो? ए मैनूं बड़ा अच्छा सवाल कीता है और मैं बड़ा इहदा कैंडिडली बड़ा साफ जवाब देवांगा सच्चा के, और मेरे बड़ा ही सच्चा जवाब है तुहाडे लई और तुहाडे जिन्ने भी दर्शक ने, देखने वाले व्यूअर्स ने तुहाडे। मेरा मशवरा है कि बच्चियां नूं कोई गाना सिखाना होवे, तबला कोई इंस्ट्रूमेंट उन्हां आर्टिस्टां को सिखाया जावे। एक तो जेडे यकीनन सिखाण जेडे दे शुड बी गुड टीचर, और हर परफॉर्मिंग आर्ट वाला जेड़ा बंदा होंदा जरूरी नहीं है गुड टीचर भी होवे, ऑनेस्टली बी है। और दूसरा है कि जिन्ने भी पॉपुलर लोगों के लोग शागिर्द हो जाते हैं और मोस्टली ट्रेंडी शागिर्द होंगे ने, और उन्होंने अगर कोई सच्ची तौर पर पूछे कि किन्ने सैशन हुए ने उस शागिर्द के, ओनू कुछ याद नहीं होना, क्या जी आ दसवां उन्हों का प्रोग्राम सुन रहा वह नाल ही बस हों, हर कॉन्सर्ट से उन्होंने नाल है उन्होंने सेवा कर, मगर उस शागिर्द पर असर जरूर पैंता है क्योंकि जोड़ा इस लैवल तक आ गया हों काफ़ी कुछ लैके भी नाल आया हों, तलीमो तरबीयत अपने ना थोड़ी जी। मगर जोड़े बच्चे ने जिस तरह कोई रिक्वेस्ट करता कि जी मेरे बच्चे ने तुम तालीम दो, क्योंकि मैं ऑनेस्टली आई नैवर थॉट कि आई कैन बी अ गुड टीचर, बिलीव मी, जिदी वजह ना मैं नैवर, और इन रिक्वेस्ट हमेशा ने इतने न्यूयॉर्क तो हर जगह तो ही बाबर यार, मैनू अपना पता है मैं नोक पुलक दुरुस्त कर सकना बच्चे
ਉਹਨੂੰ ਸੁਣਾ, ਉਹਨੂੰ ਵੇਖ ਕੇ ਕਵਾਂ ਇਹ ਕਰਨਾ ਚਾਹੀਦਾ, ਇਹ ਛੱਡੋ, ਇਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਕੁਰੈਕਟ ਕਰ ਲਓ, ਇਹ ਤਲਫਜ਼ ਨੂੰ ਬਿਹਤਰ ਕਰੋ, ਮਾਈਕ ਦੀ ਡਾਇਰੈਕਸ਼ਨ ਅੱਛੀ, ਪੋਜੀਸ਼ਨ ਅੱਛੀ ਕਰੋ, ਔਰ ਇਹਨੂੰ ਤੁਸੀਂ ਜਿਸ ਤਰੀਕੇ ਨਾਲ ਸੁਰ ਨੂੰ ਸਾ ਪੰਚਮ ਨੂੰ ਤੁਸੀਂ ਲਾ ਰਹੇ ਹੋ ਇਨ ਤਰ੍ਹਾਂ ਹੋਰ ਤਰੀਕੇ ਨਾਲ ਬਿਹਤਰ ਕਰੋ। ਮਗਰ ਜਿਹੜੀ ਤਰਬੀਅਤ ਹੈ ਸਕੇਲ ਵਾਈਜ਼ ਆ ਕੇ ਰਿਆਜ਼ ਕਰਾਉਣਾ ਉਹਨੂੰ ਪੂਰਾ ਕੁਛ, ਆਈ ਨੈਵਰ ਥਿੰਕ ਕਿ ਮੈਂ ਉਹਦਾ ਬੜਾ ਐਲੀਜੀਬਲ ਕੋਈ ਕੈਂਡੀਡੇਟ ਹੈਗਾ। ਮਤਲਬ ਤੁਸੀਂ ਕਾਲਜ ਸਟੂਡੈਂਟ ਦੇ ਪ੍ਰੋਫੈਸਰ ਹੋ, ਪਹਿਲੀ ਦੂਜੀ ਦੇ ਬੱਚੇ ਦੇ ਕੁਛ ਨਹੀਂ, ਉਹਦੇ ਵਾਸਤੇ ਨਹਾਇਤ ਕਸਬੀ ਆਦਮੀ, ਡਿਵੋਟਡ ਬੰਦਾ ਜਿਹੜਾ ਤੁਹਾਡੀ ਪ੍ਰੋਪਰ ਤਰੀਕੇ ਗਲੇ ਦੀ ਪੋਜੀਸ਼ਨਿੰਗ, ਜਿਸ ਤਰ੍ਹਾਂ ਤਬਲੇ ਦਾ ਹੱਥ, ਵਾਇਲਨ ਦੀ ਪੋਜੀਸ਼ਨ, ਜਿਹੜਾ ਉਹਦੀ ਕੁਰੈਕਸ਼ਨ ਅੱਛੀ, ਔਰ ਜਿਸ ਕੋਲ ਟਾਈਮ ਹੋ, ਜਿਹੜਾ ਇਸ ਕੰਮ ਨੂੰ ਸਮਝ ਕੇ 7:30 ਉਹਨੇ ਬੱਚੇ ਨੂੰ ਸਿਖਾਉਣ ਆਉਂਦਾ ਤੋ 7:30 ਆ ਗਿਆ, ਨਾ ਕਿ ਉਸਤਾਦ ਲੱਭ ਰਹੇ ਹੋ ਕਿ 3 ਮਹੀਨੇ ਦਾ ਉਸਤਾਦ ਗਾਇਬ ਹੈ, ਉਹ ਕਿੱਥੇ ਗਏ ਹੋਏ ਨੇ, ਕਹਿੰਦੀ ਉਹ ਤੇ ਹਿਊਸਟਨ ਗਏ ਹੋਏ ਪੀਐਫ ਦੀ ਤਾਂ ਤੇ ਏਐਫ ਦੇ ਉਸਤਾਦ ਆਇਆ ਹੋਇਆ ਤੇ ਦਿਸ ਇਜ਼ ਮਾਈ ਆਨੈਸਟਲੀ। ਔਰ ਉਹਦੇ ਵਾਸਤੇ ਜ਼ਿਆਦਾ ਬੈਟਰ ਹੈ ਕਿ ਬਲਕਿ ਮੈਂ ਔਰ ਇਹ ਤਜਰਬਾ ਹੋਇਆ ਇੰਡੀਆ ਦੇ ਵਿੱਚ ਵੀ, ਬੜੇ ਬੜੇ ਮਸ਼ਹੂਰ ਮਾਰੂਫ ਆਰਟਿਸਟਾਂ ਨੇ ਆਪਣੇ ਲਈ ਜਿਸ ਵੇਲੇ ਹਿੱਟ ਹੋ ਗਏ, ਉਹਨਾਂ ਨੇ ਇੱਕ ਕਲਾਸੀਕਲ ਆਰਟਿਸਟ ਲਿਆ ਜਿਹੜਾ ਕਿ ਕੰਪਲੀਟ ਉਸਤਾਦ ਸੀ ਮਗਰ ਉਹ ਪਾਪੂਲਰ ਨਹੀਂ ਸੀ, ਉਹਦੇ ਕੋਲ ਉਹਨਾਂ ਨੇ ਆਪਣੀ ਰਿਆਜ਼ਤ, ਆਪਣੀਆਂ ਸਰਗਮਾਂ, ਆਪਣੇ ਸਕੇਲ, ਆਪਣੀ ਨੌਲੇਜ ਚ ਇਜ਼ਾਫਾ ਕੀਤਾ ਔਰ ਉਹਨਾਂ ਨੇ ਬਿਹਤਰੀਨ ਉਹਨਾਂ ਤੋਂ ਮੁਸਫੀਦ ਹੋਏ। ਮਗਰ ਜਿਹੜਾ ਬੰਦਾ ਪਾਪੂਲਰ ਨੇ ਉਹਦੇ ਨਾਲ ਤੇ ਤੁਸੀਂ ਨਾਂ ਲਾਉਣ ਵਾਸਤੇ ਹੀ ਹੈ ਕਿ ਜਿਸ ਤਰ੍ਹਾਂ ਮੇਰੇ ਪਰਵੇਜ਼ ਮਹਿਦੀ ਸਾਹਿਬ ਭਾਈ ਨੇ ਤੇ ਮੇਰੇ ਨਾਲ ਬਾਬਰ ਅਲੀ ਮਹਿਦੀ ਲੱਗਿਆ, ਉਹ ਮੇਰੇ ਨਾਲ 10-15 ਨੰਬਰ ਐਕਸਟਰਾ ਹੀ ਨੇ ਕਿ ਵੀ ਯਾਰ ਮਹਿਦੀ ਲੱਗਿਆ ਕੁਛ ਨਾ ਕੁਛ ਪ੍ਰੋਬਲਮ ਜ਼ਰੂਰ ਹੋਏਗੀ। ਤੇ ਉਹਦੀ ਵਜ੍ਹਾ ਨਾਲ ਹੈ ਕਿ ਲੋਕੀ ਪਾਪੂਲਰ ਲੋਕਾਂ ਦੇ ਨਾਮ ਲਾਉਣ ਵਾਸਤੇ ਸ਼ਗਿਰਦ ਹੋ ਜਾਂਦੇ, ਮਗਰ ਇਹ ਕਿ ਉਹਦੇ ਲਈ ਉਹ ਵੀ ਯਕੀਨਨ ਉਹਨਾਂ ਦੀ ਟੀਚਿੰਗ ਹੁੰਦੀ, ਉਹਨਾਂ ਨੂੰ ਸੁਣ ਕੇ ਜਾਂ ਉਸ ਤੋਂ 10-15 ਸਾਲ ਪਹਿਲੇ ਵੀ ਉਹਨਾਂ ਨੂੰ ਸੁਣ ਰਹੇ ਹੁੰਦੇ ਨੇ, ਉਹਨਾਂ ਦੀ ਟੀਚਿੰਗ ਹੋ ਗਈ ਨੀ। ਤੇ ਮਗਰ ਅਗਰ ਕਿਸੇ ਨੇ ਬਿਗਨਰ, ਕਿਸੇ ਬੇਟੀ ਨੇ ਬੇਟੇ ਨੇ ਕੋਈ, ਉਹਦੇ ਲਈ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੈ ਕਿ ਪ੍ਰੋਪਰ ਅਕੈਡਮੀਆਂ ਤੋਂ ਜਾ ਕੇ ਤਾਲੀਮ ਓ ਤਰਬੀਅਤ ਲੈ। ਮਗਰ ਅੱਜਕਲ ਮੌਸਮ ਦਾ ਵੀ ਜਿਸ ਤਰ੍ਹਾਂ ਮੈਂ ਹੁਣ ਆਵਾਜ਼ ਲਾ ਰਿਹਾ ਸਾਂ ਤੇ ਮੈਨੂੰ ਫੀਲ ਹੋਇਆ ਕਿ ਖੁਸ਼ਕ ਗਲਾ ਹੋਇਆ ਪਿਆ, ਮਤਾ ਨਹੀਂ ਆ ਰਿਹਾ, ਉਹਦੀ ਵਜ੍ਹਾ ਕਿ ਬੋਰੀਅਤ, ਉਹਦੇ ਬਾਅਦ ਮੌਸਮ ਚੇਂਜਿੰਗ ਹੈ, ਤੁਸੀਂ ਵਾਕ ਲਈ ਵੀ ਜਾਂਦੇ ਹੋ ਤੁਹਾਨੂੰ ਪੋਲਨ ਅਸਰ ਕਰ ਰਿਹਾ ਹੈ। ਨਹੀਂ ਜੀ ਨਹੀਂ, ਜਿਹੜੀ ਤੁਸੀਂ ਕੰਪੋਜੀਸ਼ਨ ਛੇੜੀ ਹੈ, ਤੁਸੀਂ ਜਿਹੜੀ ਡਿਫਿਕਲਟ ਹੈ ਨਾ, ਤੁਸੀਂ ਉਹ ਛੇੜੀਆਂ ਨੇ, ਨਹੀਂ ਉਹ ਤੁਹਾਡੀ ਠੀਕ ਹੈ, ਮਗਰ ਗਲਾ ਜਿਹੜਾ ਉਹ ਥੋੜਾ ਜਿਹਾ ਤੁਹਾਨੂੰ ਖੁਦ ਦੱਸਦਾ ਕਿ ਥੋੜਾ ਜਿਹਾ ਪੋਲਨ ਹੈ, ਉਹਦੇ ਬਾਅਦ ਤੁਸੀਂ ਜਾਂਦੇ ਹੋ ਬੋਰੀਏ ਤੇ ਘਰ ਚ ਬੈਠੇ ਬਾਰ ਬਾਰ ਤੁਹਾਨੂੰ, ਯਾਨੀ ਕਿ ਇਸ, ਮਗਰ ਉਹਦੇ ਵਿੱਚ ਮਿਊਜ਼ਿਕ ਬਹੁਤ ਹੈਲਪ ਕਰਦਾ। ਮੈਂ ਬੇਸਮੈਂਟ ਦੇ ਵਿੱਚ ਇਹਨੂੰ ਰੱਖਿਆ ਹੋਇਆ, ਉਹਦੇ ਬਾਅਦ ਆ ਜਾਣਾ ਘੰਟਾ 2 ਘੰਟੇ ਇਹਦੇ ਨਾਲ ਸਪੈਂਡ ਕਰਨਾ, ਕੋਈ ਲੁਤਫ ਲਿਆ, ਕੋਈ ਕੰਪੋਜ਼ ਕੀਤੀ ਕੋਈ ਚੀਜ਼, ਕੋਈ ਆਰਟਿਸਟਾਂ ਦੀਆਂ ਕੋਈ ਅੱਛੀਆਂ ਅੱਛੀਆਂ ਚੀਜ਼ਾਂ ਸੁਣੀਆਂ ਦੀਆਂ। ਚਲੋ ਹੁਣ ਤੁਸੀਂ ਕੰਪੋਜ਼ ਕਿਹਾ ਤੇ ਹੁਣ ਕੁਝ ਆਪਣੀ ਕੰਪੋਜੀਸ਼ਨ ਸੁਣਾਓ, ਕੋਈ ਆਪਣੀ ਵੈਸੇ ਕੀਤੀ ਕੋਈ ਚੀਜ਼ ਸੁਣਾਓ ਜੀ। ਲੋ ਮੈਂ ਕਦੀ, ਚਲੋ ਠੀਕ, ਕੋਈ ਐਸੀ ਲਜ਼ੀਨ ਚਾਹਤ ਨਹੀਂ ਰਹੀ, ਕੋਈ ਐਸੀ ਕੋਈ ਚੀਜ਼ ਜਿਹੜੀ ਤੁਹਾਡੇ ਸੁਣਾਉਣ ਵਾਲੀ ਹੋਵੇ। ਨਹੀਂ ਨਹੀਂ, ਜੋ ਦਿਲ ਮੈਂ ਐਸਾ ਰੀਅਲੀ ਜ਼ਿਹਨ ਚ ਨਹੀਂ ਆ ਰਹੀ, ਮਗਰ ਮੈਂ ਇੱਕ ਤੁਹਾਨੂੰ ਬੜਾ ਅੱਛਾ ਇੱਕ ਪਰਵੇਜ਼ ਮਹਿਦੀ ਸਾਹਿਬ ਦੀ ਇੱਕ ਅਸਥਾਈ ਸੱਚਾਈ ਸੁਣਾਉਣਾ ਤੁਹਾਨੂੰ, ਬਸੇ ਰਿਕਾਰਡ ਵੀ ਨਹੀਂ ਹੋਈ ਹੋਈ। ਅੱਛਾ ਵਾਹ। ਭੁੱਲ ਜਾ
मुझे मिल गया उसे याद रख जो नहीं मिला उसे भूल जा रुकने थे रास्ते कहां मुड़ उसे दूर वो जो मिल गया उसे याद रख जो नहीं मिला उसे भूल नहीं कुछ कुछ सुरते ऐसे लाते हो कि वाकई लुकंडे खड़े हो जाते हैं बहुत ही अच्छा वाकई ए बुजुर्गां दी या ਤੁਹਾਡੇ ਭੈਣ ਭਰਾਵਾਂ ਦਾ ਆਸ਼ੀਰਵਾਦ ਜਿਹੜਾ ਨਾ ਹਮੇਸ਼ਾ ਰਹਿੰਦਾ ਹੈ ਬਲੱਡ ਦੇ ਵਿੱਚ ਬਿਲਕੁਲ ਬਲੱਡ ਦੇ ਵਿੱਚ ਰਹਿੰਦਾ ਤੇ ਹੁਣ ਵੈਸੇ ਅਗਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਸੀਂ ਤਾਂ ਖੈਰ ਮੈਂ ਤਾਂ ਸਭ ਕੁਛ ਹੀ ਸੁਣ ਲੈਂਦੀ ਹਾਂ ਜਿਵੇਂ ਦੱਸਿਆ ਕਿ ਮੈਂ ਹਿੰਦੀ ਗਾਣੇ ਪੰਜਾਬੀ ਗਾਣੇ ਫਿਲਮਾਂ ਦੇ ਗਾਣੇ ਨਹੀਂ ਇਹ ਵਰਸਟੈਲਿਟੀ ਹੋਣੀ ਚਾਹੀਦੀ ਹੈ ਇਸ ਵਾਰ ਤੇ ਤੁਸੀਂ ਵੇਖੋ ਮੈਂ ਬਿਗੇਸਟ ਮੈਂ ਅਬੇਸਿੰਗ ਪਤਾ ਕਿਹਦਾ ਫੈਨ ਹੈ ਬਹੁਤ ਜ਼ਿਆਦਾ ਮੈਂ ਕਿਸ਼ੋਰ ਕੁਮਾਰ ਸਾਹਿਬ ਦਾ ਫੈਨ ਹੈ ਔਰ ਆਰ ਡੀ ਬਰਮਨ ਸਾਹਿਬ ਹੈ ਜਿਹੜਾ ਸਿਲਸਿਲਾ ਹੈ ਨਾ ਆਰ ਡੀ ਔਰ ਕਿਸ਼ੋਰ ਜੀ ਆਸ਼ਾ ਜ਼ਬਰਦਸਤ ਜੋੜੀ ਔਰ ਮੈਂ ਕਹਿੰਦਾ ਕਿ ਮੈਂ 24 ਆਵਰਸ ਅਗਰ ਆਰ ਡੀ ਆਪਣਾ ਕਿਸ਼ੋਰ ਸਾਹਿਬ ਨੂੰ ਸੁਣ ਰਿਹਾ ਨਾ ਐਸ ਲੌਂਗ ਐਸ ਆਰ ਡੀ ਸਾਹਿਬ ਦੀਆਂ ਕੰਪੋਜੀਸ਼ਨਾਂ ਨੇ ਗੀਤ ਵੱਜਦੇ ਹੀ ਵੱਜਦੇ ਇੰਜੇ ਲੱਗਦੇ ਨੇ ਕਿ ਹਲੇ ਵੀ ਫਰੈਸ਼ ਹੈ ਬਹੁਤ ਮਤਲਬ ਜਿਹੜਾ ਐਸ ਡੀ ਬਰਮਨ ਸਾਹਿਬ ਦਾ ਸਕੂਲ ਆਫ ਥੋਟ ਹੈ ਨਾ ਇਹਦਾ ਜਵਾਬ ਹੀ ਨੀ ਗਏ ਕਲਾਸੀਕਲ ਵੀ ਹੈ ਔਰ ਲਾਈਟ ਵੀ ਹੈ ਇਹਦੇ ਵਿੱਚ ਮੇਰਾ ਮਤਲਬ ਤੁਹਾਨੂੰ ਹਰ ਲੁਤਫ ਆ ਜਾਏਗਾ ਫਿਰ ਕੰਪੋਜੀਸ਼ਨਾਂ ਦਾ ਉਹਨਾਂ ਦੀ ਅਰੇਂਜਮੈਂਟ ਇੰਨਾ ਖੂਬਸੂਰਤ ਹੈ ਉਹ ਆਊਟਡੇਟਡ ਨਹੀਂ ਲੱਗਦਾ ਮੈਂ ਤੁਸੀਂ 76-74 ਦਾ ਮਿਊਜ਼ਿਕ ਸੁਣਦੇ ਅੱਜ ਕੱਲ੍ਹ ਦੇ ਦੌਰ 'ਚ ਐਸ ਡੀ ਬਰਮਨ ਸਾਹਿਬ ਦਾ ਉਹ ਲੱਗਦਾ ਨਹੀਂ ਕੋਈ 74 ਦਾ ਉਹ ਲੱਗਦਾ ਅੱਜ ਕੱਲ੍ਹ ਦਾ ਹੀ ਮਿਊਜ਼ਿਕ ਹੈਗਾ ਇਸ ਕਦਰ ਖੂਬਸੂਰਤ ਉਹਨਾਂ ਦਾ ਕੰਮ ਹੈ ਤੁਹਾਡੇ ਹਿਸਾਬ ਨਾਲ ਕਿਸ਼ੋਰ ਕੁਮਾਰ ਜੀ ਦਾ ਕਿਹੜਾ ਗਾਣਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਮੈਂ ਕਾਲਜ ਮੇਰਾ ਤਾਂ ਮੇਰੇ ਦੋਸਤ ਫੇਸਬੁੱਕ ਤੇ ਮਿਲਦੇ ਮੈਂ ਕਿਹਾ ਮੈਨੂੰ ਪਛਾਣਿਆ ਕਹਿੰਦੇ ਬਾਬਰ ਯਾਰ ਤੈਨੂੰ ਕਿਉਂ ਨੀ ਤੂੰ ਸਾਡੀ ਕੰਨ ਖਾ ਲੈ ਸਾਨੂੰ ਕਿਸ਼ੋਰ ਕੁਮਾਰ ਨੂੰ ਖਾ मेरे होश ले लो दीवाना बना दो कोई बात छे क्या बात फसाना बना दो मेरे होश ले लो दीवाना बना दो कोई ਆਪਣੇ ਦੂਸਰੇ ਮਿਊਜ਼ਿਕ ਵਿੱਚ ਰੀਅਲੀ ਜਿਸ ਤਰ੍ਹਾਂ ਪਰਵੇਜ ਮਹਿਤੀ ਸਾਹਿਬ ਦਾ ਫੈਨ ਹੈ ਉਸ ਤਰ੍ਹਾਂ ਹੀ ਮਹਿਤੀ ਗੁਲਾਮ ਅਲੀ ਸਾਹਿਬ ਦਾ ਫੈਨ ਕਿ ਸਵਾਦ ਮਤਲਬ ਬੇਸਿਕਲੀ ਮੈਂ ਉਹਨਾਂ ਨੂੰ ਵੀ ਬੜੀ ਹੀ ਮੁਹੱਬਤ ਨਾਲ ਉਹਦੇ ਇਸ਼ਕ ਨਾਲ ਸੁਣਿਆ ਕਿਉਂਕਿ ਅਸੀਂ ਪੰਜਾਬ ਦੇ ਲੋਕ ਹਾਂ ਸਾਨੂੰ ਚਸਕੇ ਵਾਲਾ ਮਿਊਜ਼ਿਕ ਚਾਹੀਦਾ ਬਿਲਕੁਲ ਜਿੱਥੇ ਤੁਹਾਨੂੰ ਕੋਈ ਮਸਲਨ ਲੁਤਫ ਆਵੇ ਉਹ ਮੇਰਾ ਤਾਂ ਮਹਿਦੀ ਸਾਹਿਬ ਤੇ ਇੱਕ ਹੋਰ ਦੁਨੀਆ ਇੱਕ ਤੇ ਛਤੜੀ ਅੰਬਰੇਲਾ ਹੈ ਗਜ਼ਲ ਦਾ ਮਗਰ ਉਹਦੇ ਬਾਅਦ ਤੁਸੀਂ ਜਿਸ ਲਿਆਉਂਦੇ ਹੋ ਤੁਹਾਨੂੰ ਦੋ ਸ਼ਾਹਕਾਰ ਆਰਟਿਸਟ ਨਜ਼ਰ ਆਉਂਦੇ ਨੇ ਇੱਕ ਗੁਲਾਮ ਅਲੀ ਸਾਹਿਬ ਔਰ ਤੁਸੀਂ ਗੁੱਡ ਮਿਊਜ਼ਿਕ ਘਰਾਣੇ ਚ ਬਿਲੋਂਗ ਕਰਦੇ ਹੋ ਜਾਂ ਮਿਊਜ਼ਿਕ ਆਰਟਿਸਟ ਹੋ ਨਾ ਤੁਸੀਂ
ਤੇ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਅਗਰ ਅੱਛੀ ਹੈ ਨਾ ਔਰ ਲਾਨਾ ਤਾਂ ਤੁਹਾਡੇ ਤੇ ਕਿ ਉਹ ਬੰਦਾ ਜੇ ਅੱਛੀ ਨੂੰ ਅੱਛੀ ਨਾ ਕਰੇ ਫਿਰ ਉਹ ਆਰਟਿਸਟ ਨਹੀਂ ਹੈ ਨਹੀਂ ਔਰ ਜੈਲਸ ਕਰ ਜੇ ਉਹ ਆਰਟਿਸਟ ਨਹੀਂ ਹੈ ਜੇ ਕੋਈ ਚੀਜ਼ ਜ਼ਬਰਦਸਤ ਹੈ ਔਰ ਅੱਛੀ ਹੈ ਔਰ ਚੰਗਾ ਆਰਟਿਸਟ ਹੋ ਕੇ ਉਹਦੀ ਉਹਨੂੰ ਸਹਾਰੇ ਕਹੀਦਾ ਜਾਂ ਉਹਨੂੰ ਸਰਹਾਏ ਨਾ ਤੇ ਉਹਦੇ ਉਹ ਫਿਰ ਬੰਦਾ ਆਰਟਿਸਟ ਹੀ ਨਹੀਂ ਹੈ ਸੋ ਇਹ ਮੈਂ ਆਰਟ 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 ਤੇ ਮੇਰਾ ਤੇ ਤੁਸੀਂ ਅਗਰ ਔਰ ਝੂਠ ਵੀ ਨਹੀਂ ਬੋਲ ਸਕਦੇ ਅਗਰ ਕਿਤੇ ਦਾ ਮਜ਼ਾ ਨਹੀਂ ਆ ਸਕਦਾ ਤੇ ਤੁਹਾਨੂੰ ਅਗਰ ਨਹੀਂ ਆ ਰਿਹਾ ਤੇ ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਮਜ਼ਾ ਆ ਰਿਹਾ ਮਜ਼ਾ ਤੇ ਮਗਰ ਇਹ ਕਿ ਵੀ ਆਰ ਲੱਕੀ ਕਿ ਸਾਡੇ ਪਾਕਿਸਤਾਨ ਇੰਡੀਆ ਦੇ ਬਹੁਤ ਬਹੁਤ ਅੱਛੇ ਆਰਟਿਸਟ ਹੈ ਮੈਂ ਜਗਜੀਤ ਸਾਹਿਬ ਦਾ ਬਹੁਤ ਬੜਾ ਫੈਨ ਕਾਲਜ ਦੇ ਵਿੱਚ ਔਰ ਮਹਿਫਲਾਂ ਵਿੱਚ ਜਿਸ ਵੇਲੇ ਆਈ ਯੂਜ਼ ਟੂ ਡੂ ਫੁੱਲ ਟਾਈਮ ਮਿਊਜ਼ਿਕ ਮੈਂ ਜਗਜੀਤ ਸਾਹਿਬ ਨੂੰ ਬਹੁਤ ਕਹਿਆ ਮੇਰਾ ਤੇ ਉਹਨਾਂ ਦੀ ਐਸੀਆਂ ਸੀ ਖੂਬਸੂਰਤ ਕੰਪੋਜੀਸ਼ਨਾਂ ਔਰ ਉਹਨਾਂ ਨੇ ਬੜਾ ਬਹੁਤ ਕੰਟਰੀਬਿਊਸ਼ਨ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੂੰ ਮੈਂ ਦੇ ਵਿੱਚ ਬਿਲਕੁਲ ਮੈਂ ਉਹਨਾਂ ਨੂੰ ਐਫਐਮ ਆਰਟਿਸਟ ਕਹਿੰਦਾ ਸਾਂ ਜਗਜੀਤ ਸਾਹਿਬ ਮੈਂ ਕਿਹਾ ਐਫਐਮ ਆਰਟ ਐਫਐਮ ਆਰਟਿਸਟ ਕਿ ਤੁਸੀਂ ਉਹਨਾਂ ਦਾ ਲੁਤਫ ਲੈਣਾ ਹੋਵੇ ਜਿਸ ਤਰ੍ਹਾਂ ਸੌਫਟ ਮਤਲਬ ਖੂਬਸੂਰਤ ਆਵਾਜ਼ ਔਰ ਉਹਨਾਂ ਨੇ ਉਹਦੀ ਖੂਬਸੂਰਤੀ ਨੇ ਇੰਨਾ ਅੱਛਾ ਯੂਜ਼ ਕੀਤਾ ਕਿ ਮਤਲਬ ਹਿਸਟਰੀ ਵਿੱਚ ਹੀ ਵਿਲ ਸਟੇ ਦੇਅਰ ਉਹਨਾਂ ਨੇ ਵੀ ਉਸ ਜ਼ਮਾਨੇ 'ਚ ਨਾਮ ਪੈਦਾ ਕੀਤਾ ਜਦੋਂ ਇੰਨੇ ਵੱਡੇ ਵੱਡੇ ਆਰਟਿਸਟ ਆਲਰੇਡੀ ਸੀਗੇ ਸੋ ਆਫਕੋਰਸ ਕੁਛ ਤਾਂ ਐਸਾ ਉਹਨਾਂ ਦੇ ਐਕਸਟਰਾ ਹੋਏਗਾ ਕਿ ਜਿਹੜੇ ਬੰਦੇ ਆ ਕੇ ਵੱਡਿਆਂ ਵੱਡਿਆਂ ਨੂੰ ਹਿਲਾ ਦੇਣ ਔਰ ਆਪਣੀ ਜਗ੍ਹਾ ਬਣਾ ਲੈਣ ਤੇ ਆਫਕੋਰਸ ਉਹਨਾਂ 'ਚ ਕੋਈ ਤਾਂ ਐਸੀ ਗੱਲਬਾਤ ਹੋਏਗੀ ਨਹੀਂ ਕਮਾਲ ਕਰਦੇ ਐਡੀ ਖੂਬਸੂਰਤ ਬੇਸ ਔਰ ਫਿਰ ਸਭ ਤੋਂ ਵੱਡੀ ਗੱਲ ਹੀ ਨਿਊ ਕਿ ਹਾਊ ਟੂ ਯੂਟੀਲਾਈਜ਼ ਹਿਸ ਵੌਇਸ ਯੈਸ ਉਹਨਾਂ ਦੀਆਂ ਕੰਪੋਜੀਸ਼ਨਾਂ ਉਹਨੂੰ ਉਹਨਾਂ ਸਵਾਰਿਆ ਔਰ ਉਹ ਹੀ ਵਾਸ ਅ ਗੁੱਡ ਕੰਪੋਜ਼ਰ ਉਹਨਾਂ ਦੀ ਤੁਸੀਂ ਜਿੰਨੀ ਵੀ ਗਜ਼ਲਾਂ ਵੇਖ ਲਓ ਇੰਨਾ ਅੱਛਾ ਖੂਬਸੂਰਤ ਉਹਦਾ ਅਰੇਂਜਮੈਂਟ ਏ ਖੂਬਸੂਰਤ ਦੀਆਂ ਗਜ਼ਲਾਂ ਨੇ ਮਸਲ ਵੀ ਆਰ ਲੱਕੀ ਕਿ ਅਸੀਂ ਉਹਨਾਂ ਲੋਕਾਂ ਨੂੰ ਸੁਣਿਆ ਆਪਣੀ ਜ਼ਿੰਦਗੀ ਬਿਲਕੁਲ ਅੱਛਾ ਹੁਣ ਮੈਂ ਤੁਹਾਨੂੰ ਵਾਪਸ ਤੁਹਾਡੇ ਪਿਛੋਕੜ ਵਾਪਸ ਲੈ ਕੇ ਜਾਵਾਂਗੀ ਤੁਹਾਡੇ ਫਾਦਰ ਸਾਹਿਬ ਵੀ ਸਿੰਗਰ ਸੀਗੇ ਮੇਰੇ ਵਾਲ ਸਾਹਿਬ ਸਿੰਗਰ ਸਨ ਤੇ ਉਹ ਪਲੱਸ ਤੁਸੀਂ ਕਿਹਾ ਤੁਹਾਡੇ ਤਾਇਆ ਨਹੀਂ ਨਹੀਂ ਮੈਂ ਉਹਨਾਂ ਨੂੰ ਅਦਬਨ ਤਾਇਆ ਕਹਿੰਦਾ ਮੇਰੇ ਅੱਬਾ ਜੀ ਦੇ ਬੈਸਟ ਫਰੈਂਡ ਸਨ ਤੇ ਅਸੀਂ ਉਹਨਾਂ ਦੀ ਮਸਲ ਉਹਨਾਂ ਨੂੰ ਆਪਣੇ ਵਾਲਦ ਸਾਹਿਬ ਦੀ ਤਰ੍ਹਾਂ ਸਮਝਦੇ ਔਰ ਅਸੀਂ ਉਹਨਾਂ ਦੇ ਫੈਨ ਵੀ ਹਾਂ ਜਨਾਬ ਤਫੈਲ ਨਿਆਜ਼ੀ ਸਾਹਿਬ ਤਫੈਲ ਨਿਆਜ਼ੀ ਕਰਦੇ ਆ ਤੇ ਇਸ ਵਾਸਤੇ ਕੁਝ ਕੁਝ ਯਾਦ ਆ ਉਹਨਾਂ ਦਾ ਬਾਈ ਦ ਵੇ ਐਨੀਥਿੰਗ ਔਰ ਮੇਬੀ ਆ ਤੁਹਾਡੇ ਫਾਦਰ ਸਾਹਿਬ ਦਾ ਕੁਝ ਮੈਂ ਅਸਲ 'ਚ ਕੋਈ ਐਸੇ ਸਿਲਸਿਲੇ ਨਾਲ ਸਿਰਫ ਹਾਰਮੋਨੀ ਮੈਂ ਇਸ ਲਈ ਰੱਖਿਆ ਕਿ ਤੁਸੀਂ ਬਾਜ਼ ਨਹੀਂ ਆਉਣਾ ਤੇ ਮੈਨੂੰ ਕੁਝ ਕਰਨਾ ਪਿਆ ਵਰਨਾ ਮੈਂ ਆਊਟ ਆਫ ਬਿਲਕੁਲ ਬਲੈਂਕ ਬੈਠਾ ਸਾਂ ਕਿ ਕੁਝ ਨਾ ਕੁਝ ਪੰਜਾਬ ਦੀ ਇਹ ਲੋਕ ਕਿੱਥੇ ਦੁਬਾਰਾ ਆਉਣੇ ਨੇ ਇਹ ਤੇ ਹਿਸਟਰੀ ਨੇ ਇਹ ਲੋਕ ਮਿਊਜ਼ੀਅਮ ਚ ਰੱਖਣ ਵਾਲੇ ਆਰਟਿਸਟ ਬਿਲਕੁਲ ਇਹਨਾਂ ਦਾ ਕੰਮ ਵੀ ਮਿਊਜ਼ੀਅਮ ਚ ਰੱਖਣ ਵਾਲਾ ਇਹਨਾਂ ਨੂੰ ਵੇਖੋ ਇਹਨਾਂ ਨੂੰ ਵੇਖੋ ਇਹ ਕੀ ਕੀਤਾ ਸੀ ਇਹ ਵੀ ਲੋਕ ਹੋਏ ਸਨ ਯਾਨੀ ਕਿ ਬਾਅਦ ਚ ਹੋਏ ਸੀਗੇ ਕਿ ਐਸੇ ਵੀ ਲੋਕ ਹੋਏ ਸਨ ਕਮਾਲ ਅਸੀਂ ਇਸ ਕਰਕੇ ਤੇ ਤੁਹਾਡੇ ਲੋਕ ਤੁਹਾਡੇ ਵਰਗੇ ਆਰਟਿਸਟਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਕਿ ਆਪਣੇ ਨਵੇਂ ਆਰਟਿਸਟ ਨੂੰ ਦੱਸਣਾ ਚਾਹੁੰਦੇ ਕਿ ਇਹ ਵੀ ਸਿੱਖੋ ਇਹ ਪੁਰਾਣੇ ਗੀਤ ਪੁਰਾਣੀ ਗਜ਼ਲਾਂ ਇਹਨਾਂ ਨੂੰ ਸਿੱਖੋ ਇਹ ਗਾ ਗਾ ਕੇ ਬੜਾ ਕੁਛ ਸ਼ਾਇਦ ਤੁਹਾਨੂੰ ਆ ਜਾਵੇ ਮੈਂ ਕੁਲਦੀਪ ਸਾਹਿਬ ਹਮੇਸ਼ਾ ਆਪਣੇ ਦੋਸਤਾਂ ਨੂੰ ਜਿਹੜੇ ਵੀ ਮਿਊਜ਼ਿਕ ਮਾਈਂਡਡ ਨਹੀਂ ਅੱਜ ਕਿਉਂਕਿ ਹਰ ਗੱਲ ਇਸ ਵੇਲੇ ਤੇ ਅੱਲਾ ਦੀ ਮਿਹਰਬਾਨੀ ਨਾਲ ਕੋਈ ਘਰ ਐਸਾ ਜਿੱਥੇ ਇੱਕ ਅੱਧਾ ਫਨਕਾ ਫਨਕਾਰ ਨਾ ਹੋਵੇ ਕਿਉਂਕਿ ਜਿੱਥੇ ਲੈਪਟਾਪ ਉੱਥੇ ਆਰਟਿਸਟ ਜ਼ਰੂਰ ਹੈਗਾ ਉਹਨੇ
कुछ ना कुछ कर लेना, मगर एक मैं कहना अगर तुसी अच्छा गाना चाहते हो ना तो अच्छे आर्टिस्ट नु सुनो, सुनो बिल्कुल Absolutely. अगर तुसी क्योंकि जिहो जे लोगां तुसी सुनोगे उस तरह दे लोगां दी तुहाडी ना तबीयत हो जाएगी, तुसी फिर ओहो जिहा करोगे तुसी, और कोशिश करो कि थोड़ी दलेरी भी अपनाओ ताकि आउट ऑफ द बॉक्स भी करन दी हिम्मत होवे, अदरवाइज तुसी कोई आर्टिस्ट दा दलेर भी होना बड़ा जरूरी है, वरना तुसी हमेशा ही देखो ऐ जिहड़े बड़े लोग ने ऐ लोग हर महफिल च जाके तीन चार इन्हां दीआं नई चीज़ां होंदीआं सन, इट्स अ ब्रेवरी, अदरवाइज लोगों ने पांच सात आइटम पक्के पक्के मशहूर मारूफ परफॉर्म करने ने तो खुदा हाफिज, मगर ये लोग सन जिन्हों की हर महफिल तीन चार नए आइटम सुनने मिल जाए, नई कंपोजिशन सुनने मिल जाती सन, ओदी वजह इन्होंने नंबर बढ़ते रहे, इन्हों का नाम बढ़ता रहा, इन्हों का काम बढ़ता रहा। अजकल तो यह जमाना आ गया जी पिछे डैट चलती होंगी तो लिप सिंक हो रहा होंगे रब ना करे जे सीडी अड़ गई फिर सो मकसद है कि अगर शौकीन हो म्यूजिक दे ते बाबर भाजी भी यही कह रहे ने कि अच्छा सुनो, अच्छा सुनोगे तो अच्छा गाओगे, जो जा तुहाडा ब्रेन जो सुन रहा है उस तरह दी ही तुहाडी गायकी और तुहाडा टेस्ट हो जाएगा। अगर तुसी मसलन जिस टाइप दे मसलन सेमी क्लासिकल म्यूजिक ओदे वास्ते तुहानू जरूरी नहीं कि तुसी वोकलिस्ट नू सुनो, तरबीयत वास्ते सितार नू सुनो, इंस्ट्रूमेंटली सुनो, ओ तुहाडा लगाओ छड़ाओ जिहड़ा है बयान करना सुर नू अच्छे आर्टिस्ट नाल सुनो, तुसी अच्छा फ्लूट क्योंकि तुहानू इंस्टिंक्ट विच अगर रागदारी आएगी वो क्लासिकल म्यूजिक आएगी। बाज दफा ऐसे ऐसे ने माई सेल्फ मैं आई कैन टेल यू ट्रू कि बाज दफा तुहानू दी राग दी तरबीयत दा नहीं पता, तरतीब दा नहीं, सॉरी पता तरतीब दा नहीं पता, मगर जिसने तुसी गा रहे हो दी पूरी तरतीब अच्छी बयान कर रहे हो, वो तुहाडी इंस्टिंक्ट दे विच सुन सुन के आया, तुसी बगेचरी नू खराब भी नहीं कर रहे, उहदे सुर भी पूरे लगदे ने, हेमन नू भी तुसी कर रहे, अगर तुहानू कोई टैक्नीकली पुछना शुरू करे तो हो सकदा तुसी टैक्नीकल ਉਹਨੂੰ ਬਿਆਨ ਨਾ ਕਰ ਸਕੋ, ਮਗਰ ਤੁਹਾਡੀ ਇਨਸਟਿੰਕਟ ਦੇ ਵਿੱਚ ਤੁਸੀਂ ਉਦੋਂ ਬਿਹਤਰੀਨ ਤਰੀਕੇ ਨਾਲ ਉਹਦਾ ਅੰਦਾਜ਼ ਪੂਰਾ ਕਰ ਰਹੇ ਹੋ। ਚਲੋ ਜੀ ਹੁਣ ਅਗਰ ਅਸੀਂ ਗੱਲ ਕਰੀਏ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੁਹਾਡਾ ਕੋਈ ਫੇਵਰੇਟ ਸਿੰਗਰ ਕੌਣ ਹੈ, ਜਿਵੇਂ ਮੇਰਾ ਫੇਵਰੇਟ ਹੈਗਾ ਸੋਨੂ ਨਿਗਮ, ਬਹੁਤ ਸੁਰੀਲਾ ਹੈ, ਕੁੜੀਆਂ ਦੇ ਵਿੱਚ ਸ਼੍ਰੀਆ ਘੋਸ਼ਾਲ ਹੈ, ਮੈਨੂੰ ਸ਼੍ਰੀਆ ਘੋਸ਼ਾਲ ਮੇਰੀ ਫੇਵਰੇਟ ਹੈ, ਔਰ ਉਹ ਸਿਰਫ ਫੇਵਰੇਟ ਸਾਦਾ ਨਹੀਂ ਹੈਗੀ, ਉਹਦੇ ਪਿੱਛੇ ਮੈਂ ਆਈ ਕੈਨ ਟਾਕ ਚਾਹਣ ਵਾਲਾ ਸੁਣ ਰਿਹਾ ਹੋਵੇ ਜਿਹੜਾ ਪਹੁੰਚਾਵੇ ਕਿ ਯਾਨੀ ਕਿ ਕਿਸੇ ਵੀ ਕਿਸੇ ਟਾਈਪ ਦੇ ਗਾਣੇ ਵਿੱਚ ਉਹਦਾ ਸੁਰ ਕਦੀ ਕਮਜ਼ੋਰ ਨਹੀਂ ਲੱਗਿਆ, ਔਰ ਤਿਆਰ ਹੋਵੇਗੀ ਕਿ ਕਮਾਲ ਤਿਆਰ ਵੀ ਬਹੁਤ ਹੈ, ਔਰ ਉਹਨੂੰ ਆਸ਼ਨ ਆਈ ਮਤਲਬ ਸੁਰੀਲਾ ਗਾਣਾ ਗਵਾਓ ਦੋਰੇ ਵਿੱਚ ਵੀ ਕਮਾਲ ਹੈ ਸੀ, ਤਾਂ ਮੈਂ ਕਹਿੰਦਾ ਅਗਰ ਇਸ ਦੌਰ ਦੀ ਆਸ਼ਾ ਜੀ ਕਹਿ ਸਕੀਏ ਅਸੀਂ, ਬਿਲਕੁਲ ਐਗਰੀ, ਬਿਲਕੁਲ ਵੀ ਐਗਰੀ ਵਿਦ ਯੂ ਹਾਨਸਟਲੀ, ਆਓ ਕਿਉਂਕਿ ਉਹਨਾਂ ਦੇ ਫਾਲੋਅਰ ਹੋਣਗੇ, ਕਿਉਂਕਿ ਆਸ਼ਾ ਅਗਰ ਆਈਕਾਨ ਸਾਹਮਣੇ ਖੜੇ ਨੇ ਤਾਂ ਉਹਨਾਂ ਨੂੰ ਵੇਖ ਕੇ ਇਹੋ ਜਿਹੇ ਆਰਟਿਸਟ ਪੈਦਾ ਹੋ ਸਕਦੇ ਨੇ, ਬਿਲਕੁਲ ਮਗਰ ਸ਼੍ਰੇਆ ਜੀ ਕਮਾਲ ਆਰਟਿਸਟ, ਮਸਲਾ ਉਹਨਾਂ ਬਸ ਏ ਟੂ ਜ਼ੀ ਕੰਪਨੀ ਸਾਡੀ ਅੱਜ ਕੱਲ੍ਹ, ਮੈਂ ਇੰਡੀਆ ਔਰ ਪਾਕਿਸਤਾਨ ਕੀ ਕਹਾਂਗੀ, ਵਨ ਆਫ ਦੀ ਫਾਈਨੈਸਟ ਸਿੰਗਰ ਫੀਮੇਲ ਸਿੰਗਰ ਵੀ ਹੈ, ਬੜੀਆਂ ਸੁਣਦੀਆਂ ਮੈਂ ਹੁਮੈਰਾ ਚੰਨਾ ਜੀ ਤੋਂ ਲੈ ਕੇ ਬੜੀਆਂ ਹੋਰ ਸਿੰਗਰ ਸਾਰੀਆਂ ਅੱਛੀਆਂ ਨੇ, ਸਾਰੇ ਸਿੰਗਰ ਨੇ ਅੱਛੀ ਨੇ, ਮਗਰ ਵੇਖੋ ਨਾ ਸਾਰੇ ਹੁਮੈਰਾ ਜੀ ਬਹੁਤ ਬੜੇ ਬਾਪ ਕੀ ਬੜੀ ਬੇਟੀ ਹੈ, ਉਸਤਾਦ ਨਜ਼ਰ ਸੈਨ ਸਾਹਿਬ ਕੀ ਬੇਟੀ ਹੈ, ਹਾਂ ਮਗਰ ਇਹ ਕਿ ਬਹੁਤ ਬੜੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਮਗਰ ਬਹੁਤ ਸੁਰੀਲੀ ਆਰਟ, ਅਗਰ ਪਾਕਿਸਤਾਨ ਦੀ ਸੁਰੀਲੀ ਕਰੀਮ ਆਰਟਿਸਟ ਅਸੀਂ ਕੱਢ ਕੇ ਵੇਖੀਏ ਉਹਨਾਂ ਵਿੱਚੋਂ ਤੁਹਾਨੂੰ ਹੁਮੈਰਾ ਚੰਨਾ ਸਾਰੀ ਫਰਿਸ਼ਤ ਹੋਏਗੀ, ਉਹਦੇ ਵਿੱਚੋਂ ਤਰੰਨਮ ਨਾਜ਼ ਜੀ ਹੋਣਗੀਆਂ, ਉਹਦੇ ਬਾਅਦ ਅਜ਼ਰਾ ਜਹਾਨ ਹੋਏਗੀ, ਹਾਂਜੀ ਜਿਹੜੀ ਨੂਰਜਾਂ ਦੇ ਬਾਅਦ ਜਿਹੜੇ ਸਾਡੇ ਅੱਛੇ ਮਹਿਨਾਜ਼ ਹੋਏ, ਇਹ ਟੋਪ ਕਲਾਸ ਸਾਡੀਆਂ, ਬਹੁਤ 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 ਪੱਕੀ, ਬਹੁਤ ਪੱਕਾ ਉਹਨਾਂ ਦਾ ਮਿਊਜ਼ਿਕ ਹੈ, ਔਰ ਅੱਛੀ ਰੂਹ ਔਰ ਦਿਲ ਨਾਲ ਗਾਉਂਦੇ ਨੇ, ਬਿਲਕੁਲ ਫਰਾ ਜੀ ਬਹੁਤ ਦਿਲ ਨਾਲ ਗਾਉਂਦੇ ਨੇ, ਮਗਰ ਇਹ ਕਿ ਇੰਡੀਆ ਦੇ ਵਿੱਚ ਇਸ ਵੇਲੇ ਉਸਤਾਦ ਰਾਸ਼ਦ ਖਾਨ ਕਲਾਸੀਕਲ ਦੇ ਵਿੱਚ ਕਮਾਲ ਕਮਾਲ ਨੇ, ਹਾਂਜੀ
ਉਹਦੇ ਵਿੱਚੋਂ ਅਗਰ ਫੀਮੇਲ ਕਲਾਸੀਕਲ ਦੇ ਵਿੱਚੋਂ ਆਈ ਲਾਈਕ ਆਪਣਾ ਕੌਸ਼ਿਕੀ ਪੰਡਿਤ ਸਾਹਿਬ ਦੀ ਬੇਟੀ ਜਿਹੜੇ ਨੇ ਉਹ ਵੀ ਅੱਛਾ ਕੌਸ਼ਿਕੀ ਸ਼ੀ ਇਜ਼ ਵੈਰੀ ਗੁੱਡ ਮਗਰ ਇਹ ਕਿ ਫਿਲਮਾਂ ਦੇ ਵਿੱਚ ਮੇਰੇ ਹਾਲੇ ਇਸ ਵੇਲੇ ਉਹਨਾਂ ਤੋਂ ਹਰਜੀਤ ਬਹੁਤ ਅੱਛੇ ਹਰੀਜੀਤ ਹਰੀਜੀਤ ਬਹੁਤ ਅੱਛੇ ਆਲਰੇਡੀ ਬੜਾ ਕੰਮ ਕਰ ਲਿਆ ਮੈਨੂੰ ਵੈਸੇ ਉਹਨਾਂ ਦਾ ਆਕਾਰ ਬਹੁਤ ਪਸੰਦ ਸੀ ਉਹ ਬਹੁਤ ਘੱਟ ਜਾ ਰਹੇ ਨੇ ਉਦੇ ਨਾਰਾਇਣ ਉਹ ਬਹੁਤ ਉਹਨਾਂ ਦਾ ਆਵਾਜ਼ ਆਕਾਰ ਬਹੁਤ ਬੜਾ ਖੂਬਸੂਰਤ ਉਹਨਾਂ ਦਾ ਆਵਾਜ਼ ਸੀ ਸਾਨੂੰ ਮਿਲਿਆ ਮੌਕਾ ਮਿਲਣ ਉਹਨਾਂ ਨਾਲ ਸੋ ਬਹੁਤ ਜਿੰਨਾ ਜਿੰਨਾ ਅੱਛਾ ਇਨਸਾਨ ਹੈ ਉਹਨਾਂ ਅੱਛਾ ਸਿੰਗਰ ਹੈ ਹੀ ਇਜ਼ ਵੈਰੀ ਵੈਰੀ ਨਾਈਸ ਪਰਸਨ ਕਮਾਲ ਕਮਾਲ ਹਾਂ ਸੋ ਲੋ ਜੀ ਹੁਣ ਟਾਈਮ ਮੈਨੂੰ ਤਾਂ ਪਤਾ ਵੀ ਨਹੀਂ ਟਾਈਮ ਹੋ ਕਿੰਨਾ ਗਿਆ ਤਾਂ ਮੈਨੂੰ ਇਹ ਦੱਸੋ ਹੁਣ ਜਾਂਦੇ ਜਾਂਦੇ ਤੁਸੀਂ ਸਾਡੀ ਆਡੀਅੰਸ ਨੂੰ ਕੀ ਕਹਿ ਕੇ ਜਾਓਗੇ ਪਰ ਐਨੀਵੇਜ਼ ਇਹ ਅਸੀਂ ਤੁਹਾਨੂੰ ਛੱਡਾਂਗੇ ਤਾਂ ਨਹੀਂ ਅਸੀਂ ਤੁਹਾਨੂੰ ਬਾਰ ਬਾਰ ਬੁਲਾਵਾਂਗੇ ਸਾਨੂੰ ਤੁਹਾਡੇ ਨਾਲ ਐਪੀਸੋਡ ਬਣਾਉਣੇ ਪੈਣੇ ਨੇ ਇਹ ਅੱਜ ਪਹਿਲਾ ਐਪੀਸੋਡ ਸੀਗਾ ਨਾ ਕਿਉਂਕਿ ਇੰਨੇ ਸਿੰਗਰਾਂ ਦੇ ਤੁਸੀਂ ਨਾਲ ਇੰਨੇ ਇੰਨਾ ਕੁਝ ਦੱਸਿਆ ਸੋ ਤੁਹਾਡੇ ਵਰਗਾ ਗਿਆਨੀ ਕਹਿਣਾ ਚਾਹੀਦਾ ਤੁਹਾਨੂੰ ਗਿਆਨ ਵਾਲਾ ਬੰਦਾ ਸਿੰਗਰ ਜਿਹੜਾ ਸਿੰਗਰ ਨੂੰ ਇਹਨੂੰ ਆਪਾਂ ਜਾਣ ਨਹੀਂ ਦੇਣਾ ਤੁਹਾਨੂੰ ਬਾਰ ਬਾਰ ਅਸੀਂ ਲੈ ਕੇ ਆਉਂਦੇ ਰਹਾਂਗੇ ਬੇਫਿਕਰ ਹੋ ਕੇ ਇਸ ਲਈ ਗੱਲ ਕਰ ਲੈਣਾ ਕਿ ਮੈਂ ਚੂੰਕਿ ਉਸ ਫੀਲਡ ਵਿੱਚ ਨਹੀਂ ਗਾ ਤੇ ਮੈਂ ਕਹਿੰਦਾ ਮੇਰੇ ਤੇ ਬੈਕਲੈਸ਼ ਬੜਾ ਘੱਟ ਆਏਗਾ ਤੇ ਦੂਸਰੀ ਗੱਲ ਹੈ ਮੈਂ 뮤직 ਲਵਰ ਹਾਂ ਮੈਨੂੰ ਹਰ 뮤직 ਹਰ ਸਿੰਗਰ ਅੱਛਾ ਲੱਗਦਾ ਹੈ ਹਰ ਮਿਊਜ਼ੀਸ਼ੀਅਨ ਅੱਛਾ ਲੱਗਦਾ ਔਰ ਮੈਂ ਤੁਹਾਨੂੰ ਮੀਆਂ ਬੀਵੀ ਨੂੰ ਤੁਹਾਡੀ ਜੋੜੀ ਸਲਾਮਤ ਰੱਖੇ ਸਿਹਤ ਤੰਦਰੁਸਤੀ ਦੇਵੇ ਹਾਂ ਜੀ ਔਰ ਇਹ ਤੁਹਾਡਾ ਮੇਰੇ ਯਾਨੀ ਕਿ ਬਿਆਨ ਇਹ ਤੁਹਾਡਾ ਸਟਾਰਟ ਹੈ ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਤੁਸੀਂ ਇਸ ਬਿਜ਼ਨਸ ਦੇ ਵਿੱਚ ਆਏ ਹੋ ਔਰ ਉਹ ਲੋਕ ਹੋ ਜਿਹੜੇ ਸੱਚੀ ਮੁੱਚੀ ਮਿਊਜ਼ਿਕ ਦੇ ਲੋਕ ਹੋ ਬਾਜ਼ ਦਫ਼ਾ ਪੀਪਲ ਕਮ ਟੂ ਦਿਸ ਬਿਜ਼ਨਸ ਐਜ਼ ਇਟ ਜਸਟ ਫਾਰ ਬਿਜ਼ਨਸ ਉਹਨਾਂ ਦੀਆਂ ਰੂਟਸ ਪਿੱਛੇ ਨਾ ਸੁਰ ਦੀਆਂ ਨੇ ਨਾ ਸ਼ਾਇਰੀ ਦੀਆਂ ਨੇ ਨਾ ਐਜ਼ ਅ ਲਿਸਨਰ ਨੇ ਨਾ ਨਾ ਬੇਸਿਕਲੀ ਉਹ ਟਰੂ ਕ੍ਰੀਏਟਿਵ ਹੀ ਨੇ ਤੁਹਾਡੇ ਮੀਆਂ ਬੀਵੀ ਦੇ ਵਿੱਚ ਦੋਵਾਂ ਚੀਜ਼ਾਂ ਸਾਰੀਆਂ ਮੁਸ਼ਤਰਕ ਨੇ ਔਰ ਫਿਰ ਤੁਹਾਡਾ ਇਨਫਲੂਐਂਸ ਵੀ ਆਰਟਿਸਟਾਂ ਦੇ ਆਰਟਿਸਟ ਸਾਨੂੰ ਪਿਆਰ ਕਰਦੇ ਨੇ ਸਾਰੇ ਇੰਡੀਆ ਪਾਕਿਸਤਾਨ ਦੇ ਆਰਟਿਸਟ ਸਾਨੂੰ ਬਹੁਤ ਪਿਆਰ ਕਰਦੇ ਨੇ ਤੇ ਆਈ ਥਿੰਕ ਦਿਸ ਇਜ਼ ਯੋਰ ਸਟਾਰਟ ਬਹੁਤ ਤੁਹਾਡਾ ਚੈਨਲ ਤਰੱਕੀ ਕਰੇਗਾ ਔਰ ਤੁਹਾਡੇ ਵਿਊਅਰਸ ਨੂੰ ਮੈਂ ਕਹਿੰਦਾ ਕਿ ਸਟਿਕ ਵਿਦ ਮਾਈ ਟੀਵੀ ਐਂਡ ਇਹਦੇ ਵਿਊਅਰ ਜ਼ਿਆਦਾ ਵਧਣੇ ਚਾਹੀਦੇ ਨੇ ਇਹਨਾਂ ਵਾਸਤੇ ਫੀਡਬੈਕ ਦਿਓ ਇਹਨਾਂ ਨੂੰ ਇਹਨਾਂ ਨੂੰ ਅੱਛੇ ਮਸ਼ਵਰੇ ਦਿਓ ਔਰ ਲਿਸਨ ਟੂ ਮੋਨੀ ਐਂਡ ਕੁਲਦੀਪ ਦੇ ਵਿਲ ਨੈਵਰ ਡਿਸਅਪਾਇੰਟ ਯੂ ਬਸ ਅੱਜ ਇਹਨਾਂ ਤੋਂ ਅਸੀਂ ਥੋੜੇ ਜਿਹੇ ਸੁਰ ਉਧਾਰ ਲਏ ਨੇ ਔਰ ਰੱਬ ਇਹਨਾਂ ਦੇ ਪਰਿਵਾਰ ਚ ਹਮੇਸ਼ਾ ਸੁਰ ਰੱਖੇ ਬੱਚਿਆਂ ਚ ਬਰਕਤ ਰੱਖੇ ਸੁਰੀਲੇ ਹੋਣ ਲੈਕਾਰੀ ਹੋਣ ਸਭ ਕੁਛ ਹੋਣ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰੇ thank you so much thank you so much so fir assi hun aur is my pleasure aur honestly main bada non formal ja sara kuch kita hai ke taaki logan lage ke bada natural assi sara kuch kar sir non ehi gall hai na na sade kol koi likhya hunda na apne jo dil chahnda assi ohi gall karne aur sanu artist vi tode arge chahide ne jo dil che ohi agge dassan bilkul thank you so much thank you sanu kuch likhat padhan de lod nahi na kyunki sanu pata hai ki assi puchna ki hai ਸਕ੍ਰਿਪਟ ਔਰ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਪੁੱਛਣਾ ਜਾਂ ਆਰਟਿਸਟ ਦੀ ਬੈਕਗ੍ਰਾਉਂਡ ਕੀ ਅਸੀਂ ਤਾਂ ਸਾਡੇ ਤਾਂ ਬਲੱਡ ਦੇ ਵਿੱਚ ਹੈ ਸਾਨੂੰ ਪੁੱਛਣ ਦੀ ਕੀ ਲੋੜ ਨਹੀਂ ਤੁਸੀਂ ਮਾਸ਼ਾਅੱਲਾ ਮੈਂ ਆਮ ਰੀਅਲੀ ਪ੍ਰਾਊਡ ਆਫ ਯੂ ਇੱਕ ਤੇ ਗੁੱਡ ਲੁਕਿੰਗ ਕਪਲ ਹੋ ਤੁਸੀਂ ਔਰ ਦੱਸਣਾ ਨਾ ਕਿਸੇ ਨੂੰ ਦੱਸਣਾ ਬੜਾ ਬੜਾ ਬੈਲੈਂਸ ਜੇ ਜੇ ਮੀਆਂ ਹੈਂਡਸਮ ਹੈ ਤੇ ਵਾਈਫ ਖੂਬਸੂਰਤ ਹੈ ਯਾਨੀ ਕਿ ਬਿਊਟੀਫੁਲ ਹੈ ਔਰ ਤੁਹਾਨੂੰ ਨਜ਼ਰ ਨਾ ਲੱਗੇ ਔਰ ਖੁਸ਼ ਰਹੋ ਔਰ ਖੁਸ਼ੀਆਂ ਬਖੇਰੋ ਔਰ ਇਸ ਕਮਿਊਨਿਟੀ ਦੀ ਥੈਂਕ ਯੂ ਸੋ ਮਚ ਫਾਰ ਸਰਵਿੰਗ ਦਿਸ ਆਵਰ ਕਮਿਊਨਿਟੀ ਇਹਨਾਂ ਨੂੰ ਇੰਨੀ ਮੁਹੱਬਤਾਂ ਤੁਸੀਂ ਦੇ ਰਹੇ ਹੋ ਔਰ ਆਈ ਥਿੰਕ ਦੇ ਦੇ ਅੰਡਰਸਟੈਂਡ ਦੈਟ ਕਿ ਤੁਸੀਂ ਕਿੰਨੀਆਂ ਇਹਨਾਂ ਨੂੰ ਮੁਹੱਬਤਾਂ ਦੇ ਰਹੇ ਹੋ ਇਸ ਕਮਿਊਨਿਟੀ ਲੇਕਿਨ ਜਾਣ ਤੋਂ ਪਹਿਲਾਂ ਮੈਨੂੰ ਕੁਛ ਨਾ ਕੁਛ ਹੋਰ ਸੁਣਾ ਕੇ ਜਾਣਾ ਤੁਸੀਂ ਫਿਰ ਉਸ ਤੋਂ ਬਾਅਦ ਅਸੀਂ ਅਲਵਿਦਾ ਲਾਸਟ ਯਾਦ ਬਰਬਾਦ ਰੋ ਰੋ ਕੇ ਫਰਿਆਦ ਬਹੁਤ ਅੱਛਾ ਯਾਦ ਫਿਰ ਮੈਂ ਬਹੁਤ ਅੱਛਾ ਕਿਆ ਬਾਤ ਯਾਦ
ਸ਼ਿਕਰ ਦੁਪਹਿਰੇ ਬੈਠ ਕੇ ਖੁੱਲੇ ਹਾਂਜੀ ਮੇਰੀ ਜਦ ਬਿਲੂ ਤਸੱਲੀ ਲੋਕੀ ਕਹਿੰਦੇ ਚੱਲੇ ਚੱਲੇ ਫੇਰ ਮੈਨੂੰ ਯਾਦਾਂ करना चाहवांगी तुहानू जी जी बड़ी रूह आ रही है तुहाडे च प्लीज इनू कंटिन्यू करो इनू इनू भावें शौक दे जरिए रखो पर मैं चाहवांगी कि इस नू इनू थोड़ा जिहा ध्यान देने आ हुण बच्चे वड्डे हो गए ने ते मेरा हाल साडी भी फाइनेंशियल ऑब्लीगेशन ही रह गईयां ते इनू थोड़ा फोकस कर मतलब सीट दे थल्ले टायर लाणे ने बैक और फ्रंट होई जाना नहीं और जे तुहाडे जैसे इनकरेजिंग जेड़े लोग ने उहनां दी वजह नाल शायद ਮੇਰੀ ਤਰਫੋਂ ਫੁੱਲ ਸਪੋਰਟ ਹੈ ਔਰ ਮੇਰੇ ਨਾਲ ਕੁਲਦੀਪ ਆਲਵੇਜ਼ ਹੁੰਦੇ ਆ ਤੁਸੀਂ ਉਹ ਤੁਸੀਂ ਵਾਜੇ ਦੇ ਰਿਆਜ਼ ਸ਼ੁਰੂ ਕਰ ਲਓ ਮੈਂ ਉਸ ਤੋਂ ਤਬਲੇ ਦਾ ਸ਼ੁਰੂ ਕਰ ਲਾਂ ਔਰ ਇਸ ਦੇ ਨਾਲ ਮੇਰੀ ਕਿਸੇ ਕਿਸਮ ਦੀ ਖਿਦਮਤ ਤੁਹਾਡੇ ਚੈਨਲ ਲਈ ਤੁਹਾਡੇ ਲਈ ਕੁਝ ਐਨੀਥਿੰਗ ਆਈ ਕੈਨ ਡੂ ਬਲੀਵ ਮੀ ਬਿਸਾਈਡ ਕਿ ਮੈਨੂੰ ਕੋਈ ਫੰਕਸ਼ਨ ਜਾਂ ਕੋਈ ਸਿਟਿੰਗ ਰੱਖੋ ਇਹਦੀ ਆਈ ਐਮ ਨਾਟ ਟਾਕਿੰਗ ਅਬਾਊਟ ਦਿਸ ਕਿਸੇ ਕਿਸਮ ਦੀ ਕੋਈ ਟੈਕਨੀਕਲ ਕੋਈ ਐਸੀ ਕੋਈ ਮਸ਼ਵਰਾ ਕੋਈ ਐਨੀ ਆਈਡੀਆਸ ਆਲਵੇਜ਼ ਔਰ ਆਈ ਐਮ ਰਾਈਟ ਦੇਅਰ ਫਾਰ ਯੂ ਮੈਂ ਚਾਹਨਾ ਯੂ ਸ਼ੁੱਡ ਬੀ ਸਕਸੈਸਫੁਲ ਮੋਰ 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 ਤਾਂ ਕਿ ਜਿਹੜੇ ਆਰਟ ਦੇ ਟਰੂ ਜਿਹੜੇ ਲੋਕ ਨੇ ਆਈ ਵਾਂਟ ਟੂ ਸੀ ਦੈਮ ਫਲੋਰਿਸ਼ ਤਾਂ ਕਿ ਉਹ ਜੋ ਹਮੇਸ਼ਾ ਚੁੱਕੇ ਉਹ ਜਿੱਥੇ ਵੀ ਜਾਣਗੇ ਉਹ ਆਰਟਿਸਟ ਦਾ ਭਲਾ ਕਰਨਗੇ ਅੱਛੇ ਆਰਟ ਨੂੰ ਪ੍ਰਮੋਟ ਕਰਨਗੇ ਥੈਂਕ ਯੂ ਬਹੁਤ ਮਿਹਰਬਾਨੀ ਔਰ ਅਸੀਂ ਹਮੇਸ਼ਾ ਹੀ ਤੁਹਾਨੂੰ ਆਪਣੀ ਲਿਸਟ 'ਚ ਰੱਖਾਂਗੇ ਹੈਗੇ ਬਹੁਤ ਟਾਈਮ ਤੋਂ ਸੀਗੇ ਲੇਕਿਨ ਬਸ ਕਈ ਵਾਰੀ ਮੌਕਾ ਨਹੀਂ ਲੱਗ ਪਾਉਂਦਾ ਕੋਈ ਐਸੀ ਗੱਲ ਨਹੀਂ ਉਹ ਤੇ ਤੁਹਾਡਾ ਚੈਨਲ ਬੇਸਿਕਲੀ ਮਾਈ ਚੈਨਲ ਬਹੁਤ ਅੱਛਾ ਲੱਗਿਆ ਬਾਬਰ ਜੀ ਔਰ ਇਸੇ ਤਰ੍ਹਾਂ ਗਾਉਂਦੇ ਰਹੋ ਮੁਸਕਰਾਉਂਦੇ ਰਹੋ ਲੇਕਿਨ ਜਿਹੜੀ ਸਾਡੀ ਮਾਈ ਟੀਵੀ ਦੀ ਆਡੀਅੰਸ ਉਹਨਾਂ ਨੂੰ ਮੈਂ ਦੱਸ ਦਵਾਂ ਇਹਨਾਂ ਨੂੰ ਅਸੀਂ ਹੁਣ ਜਾਣ ਨਹੀਂ ਦੇਣਾ ਇਹਨਾਂ ਨੂੰ ਅਸੀਂ ਹਰ ਵਾਰ ਲੈ ਕੇ ਆਵਾਂਗੇ ਅੱਜ ਇਹ ਤੁਹਾਡਾ ਪਹਿਲਾ ਐਪੀਸੋਡ ਹੈ ਅਸੀਂ ਤੁਹਾਨੂੰ ਦੁਬਾਰਾ ਲੈ ਕੇ ਆਵਾਂਗੇ ਮੈਂ ਚਾਹਾਂਗੀ ਕਿ ਹਰ ਵਾਰ ਤੁਸੀਂ ਪਹਿਲੇ ਤੋਂ ਬਿਹਤਰ ਹੋਵੋ ਹਰ ਵਾਰ ਸੋ ਆਪਣੇ ਕਹਿੰਦੇ ਨਾ ਕਮਰ ਦੀ ਪੇਟੀ ਕੱਸ ਲਓ ਮੋਨੀ ਗਿੱਲ ਹੁਣ ਤੁਹਾਨੂੰ ਲੈ ਕੇ ਚੱਲੀਏ ਉਡਾਰੀਆਂ ਉਡਣ ਲੱਗਾ ਹੋਰ ਉੱਤੇ ਵੀ ਬਿਲੋਂਗਸ ਟੂ ਕਮਿਊਨਿਟੀ ਤੋਂ ਮੈਂ ਇਹਨਾਂ ਦੇ ਹੀ ਆਰਟਿਸਟ ਹੈ ਇਹਨਾਂ ਤੋਂ ਬਿਲੋਂਗ ਕਰਨਾ ਸੋ ਬੇਸਿਕਲੀ ਵੀ ਆਰ ਦੇਅਰ ਫਾਰ ਦੈਮ ਆਲਵੇਸ ਨੋ ਪ੍ਰੋਬਲਮ ਸੋ ਥੈਂਕ ਯੂ ਜੀ ਬਹੁਤ ਮਿਹਰਬਾਨੀ ਇੰਨੀ ਸਾਰੀ ਗੱਲਾਂ ਸ਼ੇਅਰ ਕਰਨ ਲਈ ਸਭ ਨੂੰ ਖੁਦਾ ਹਾਫਿਜ਼ ਔਰ ਆਪਣਾ ਖਿਆਲ ਰੱਖੋ ਤੁਸੀਂ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਲੋ ਜੀ ਕਾਲ ਆ ਰਹੀ ਹੈ ਮੈਂ ਕਾਲ ਨਹੀਂ ਲਵਾਂਗੀ ਲੇਕਿਨ ਥੈਂਕ ਯੂ ਬਹੁਤ ਮਜ਼ਾ ਆਇਆ ਬਹੁਤ ਖੁਸ਼ੀ ਹੈ ਥੈਂਕ ਯੂ ਖੁਦਾ ਚਲੋ ਜੀ ਇਹ ਸੀਗੇ ਬਾਬਰ ਜੀ ਔਰ ਬਾਬਰ ਜੀ ਤੋਂ ਨਾਲ ਅਸੀਂ ਹੁਣ ਸਾਰੀ ਆਡੀਅੰਸ ਤੋਂ ਵੀ ਅਸੀਂ ਅਲਵਿਦਾ ਲੈਂਦੇ ਹਾਂ ਔਰ ਫਿਰ ਮੁਲਾਕਾਤ ਹੋਏਗੀ ਬਹੁਤ ਜਲਦ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਇੰਜੋਏ ਕਰੋ ਇਹ ਛੋਟੀ ਜੀ ਐਡਵਰਟਾਈਜ਼ਿੰਗ ਕਿਉਂਕਿ ਉਹ ਵੀ ਜ਼ਰੂਰੀ ਹੈ ਕਿਉਂ ਕਿਉਂਕਿ ਮਨੇ 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 ਹਨੀ ਚਲੋ ਜੀ ਐਡਵਰਟਾਈਜ਼ ਹੁੰਦੇ ਆ ਉਸ ਬਾਅਦ ਮਿਲਦੇ ਹਾਂ ਠੀਕ ਹੈ ਹਾਈ ਮਾਈ ਨੇਮ ਇਜ਼ ਕੁਲਦੀਪ ਗਿੱਲ ਆਈ ਐਮ ਬ੍ਰੋਕਰ ਆਫ ਸਕਾਈ ਰਿਅਲਟੀ The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Ram G Astrologer, everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com.
वेलकम टू द वर्ल्ड ऑफ एंटरटेनमेंट, कनेक्टिंग पीपल विद कल्चर. Enjoy one app for TV shows and